ਆਜ਼ਰਾ ਚੰਚ ਦਾ ਵਿਚਾਰ ਸਾਥੀ ਸਰਕਾਰ ਦੋਸਤੋ ਮੈਂ ਹਸਵਰਧ ਸਿੰਘ ਟਹਿਣਾ ਤੁਸੀਂ ਦੇਖ ਰਹੇ ਹੋ ਪ੍ਰਾਈਮਰੀ ਸ਼ਾ ਟੀਵੀ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਚੱਜਦਾ ਵਿਚਾਰ ਪੇਸ਼ ਕਰਨਾ ਵੇਲਾ ਹੋ ਚੱਲਿਆ ਗਰਮੀ ਪੈਣੀ ਸ਼ੁਰੂ ਹੋ ਜਾਣੀ ਹੈ ਤੇ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਉਹਦੇ 48 ਘੰਟਿਆਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਮੀਂਹ ਕਣੀ ਦੀ ਤੇ ਗੜਿਆਂ ਦੀ ਸੰਭਾਵਨਾ ਪੈ ਸਕਦੀ ਹੈ ਇਹ ਹੁਣ ਬਣਦੀ ਹੈ ਕਿ ਨਹੀਂ ਬਣਦੀ ਸਮਾਂ ਦੱਸੂਗਾ ਪਰ ਮੈਨੂੰ ਵੀ ਨਿੱਜੀ ਤੌਰ ਤੇ ਲੱਗਦਾ ਵੀ ਇੱਕ ਵਾਰ ਬਦਲੀ ਜੀ ਆਊਗੀ ਜ਼ਰੂਰ ਜਿਸ ਤਰੀਕੇ ਦੇ ਨਾਲ ਪਿਛਲੇ 5-7 ਦਿਨਾਂ ਤੋਂ ਲਗਾਤਾਰ ਧੁੱਪ ਚਮਕਾਰੇ ਛੱਡਦੀ ਹੈ ਜਿਵੇਂ ਲਿਸ਼ਕੂਰਾਂ ਪਈ ਨਿਗਾ ਸੂਰਜ ਦੀਆਂ ਜਿਵੇਂ ਸੂਰਜ ਦੀ ਟਿੱਕੀ ਰੰਗ ਪੇਸ਼ ਕਰੀ ਜਾਂਦੀ ਹੈ ਲੱਗਦਾ ਵੀ ਕੁਝ ਨਾ ਕੁਝ ਤਬਦੀਲੀ ਭਾਵੇਂ ਵਕਤੀ ਤੌਰ ਦੇ ਉੱਤੇ ਆਵੇ ਆਊਗੀ ਤੇ ਬਾਕੀ ਜਿਵੇਂ ਜਿਵੇਂ ਆਈ ਦੱਸਾਂਗੇ ਪਹਿਲਾਂ ਕਰਦੇ ਹਰਮਨ ਜੀ ਦਾ ਸਵਾਗਤ ਤੇ ਫਿਰ ਅਗਲੀ ਗੱਲ ਬਾਤ ਸਤਿ ਸ਼੍ਰੀ ਅਕਾਲ ਟਾਣਾ ਸਾਹਿਬ ਕੀ ਹਾਲ ਚਾਲ ਨੇ ਬਹੁਤ ਵਧੀਆ ਟਾਣਾ ਸਾਹਿਬ ਮੌਸਮ ਸੱਚੀ ਬੜਾ ਬਦਲ ਗਿਆ ਅੱਜ ਤਾਂ ਤੁਸੀਂ ਵੀ ਜੈਕਟ ਨਹੀਂ ਪਾਈ ਮੈਂ ਤਾਂ ਨਹੀਂ ਪਾਈ ਜੀ ਅੱਜ ਸੱਚੀ ਮੁੱਚੀ ਗਰਮੀ ਜਿਹੀ ਲੱਗਦੀ ਸੀ ਤੇ ਮੈਂ ਕਿਹਾ ਮੈਂ ਪਿੱਤ ਪਾਪੜੀ ਜੀ ਨਾਲ ਨਿਕਲਿਆ ਵੇ ਤੇ ਜਿਹੜਾ ਉਹ ਇੱਕ ਤਰੀਕ ਨੂੰ ਉਹਲਾ ਬਰਿਸ਼ਤੇ ਵਾਲੀ ਕੱਲ ਤੁਸੀਂ ਗੱਲ ਦੱਸੀ ਸੀ ਦੱਸ ਕੇ ਹਟਿਆ ਹੁਣ ਵੀ ਵੀ ਭਾਈ ਆਉਂਦੇ ਕੁਝ ਘੰਟੇ ਦੇ ਵਿੱਚ ਜਿਵੇਂ ਕਿ ਕਿਹਾ ਗਿਆ ਉਵੇਂ ਹੋ ਸਕਦਾ ਵੀ ਭਾਈ ਮੀਂਹ ਕਣੀ ਵੀ ਆਵੇ ਕਈ ਥਾਵਾਂ ਤੇ ਝੱਖੜ ਝੁੱਲਾ ਚੱਲੇ ਕਈ ਥਾਵਾਂ ਤੇ ਘੜੇ ਪੈ ਜਾਣ ਪਰ ਕਹਿੰਦੇ ਇਸ ਵਾਰ ਹੋਲੀ ਜਿਵੇਂ ਹੋਲੀ ਦਾ ਤਿਉਹਾਰ ਲੰਘਿਆ ਉਹਦੇ ਨਾਲ ਹੀ ਵਾਟ ਕੱਢਣੇ ਆ ਹੀਟ ਵੇਵ ਚੱਲਣੀ ਆ ਬਿਲਕੁਲ ਜੀ ਕਹਿੰਦੇ ਵੀ ਇਤਕੀ ਮੇਰੇ ਖਿਆਲ ਵੀ 25 ਮਾਰਚ ਦੀ ਹੋਲੀ ਆ ਮੇਰਾ ਖਿਆਲ ਆ ਸ਼ਾਇਦ ਹਾਂ ਜੀ ਕਹਿੰਦੇ ਵੀ ਜਦੋਂ ਉਹ ਮਾਰਚ ਦੇ ਵਿੱਚ ਇਹ ਤਿਉਹਾਰ ਆਇਆ ਹੋਲੀ ਆਈ ਉਹਦੇ ਨਾਲ ਹੀ ਕਹਿੰਦੇ ਵੀ ਹੀਟ ਵੇਵ ਯਾਨੀ ਕਿ ਲੂ ਚੱਲਣੀ ਸ਼ੁਰੂ ਹੋ ਜਾਣੀ ਆ ਐਥਿਕੀ ਭਮੱਕੜ ਕੱਟ ਗਰਮੀ ਪੈਣੀ ਆ ਜਿਹੜੇ ਲੋਕ ਇਹ ਗੱਲ ਕਹਿੰਦੇ ਸੀ ਕਿ ਧੁੰਦ ਦੇ ਵਿੱਚ ਆਉਣਾ ਜਾਣਾ ਔਖਾ ਹੁਣ ਪਹੁੰਚ ਜਾ ਕਰੋ ਵੇਲੇ ਸਰ ਉਹ ਵੀ ਦੋ ਪਹੀਆ ਵਾਹਨ ਤੇ ਜਿਹੜੇ ਲੋਕ ਕਹਿੰਦੇ ਸੀ ਨਾ ਵੀ ਭਾਈ ਠੰਡ ਬਹੁਤ ਆ ਹੱਥਾਂ ਨੂੰ ਠਾਰੀ ਚੜਦੀ ਆ ਕੰਮ ਤੇ ਪਹੁੰਚਾ ਨਹੀਂ ਜਾਂਦਾ ਹੁਣ ਘੰਟਾ ਪਹਿਲਾਂ ਪਹੁੰਚ ਜਾ ਕਰੋ ਉਹ ਵੀ ਗੱਡੀ 'ਚ AC ਲਾਇਆ ਬਿਨਾ ਹਾਂ ਟਾਣਾ ਸਾਹਿਬ ਪਰ ਕਹਿੰਦੇ ਗਰਮੀ ਨੇ ਪੂਰੇ ਤਰਬੂਲੇ ਕੱਢਣੇ ਆ ਤੇ ਜ਼ਿਆਦਾ ਲੰਮਾ ਸਮਾਂ ਗਰਮੀ ਪੈਣੀ ਹੈ ਐਤਕੀ ਐਤਕੀ ਕਹਿੰਦੇ ਵੀ ਠੰਡ ਆ ਜਿਹੜੀ ਉਹ ਬਉਣੀ ਹੋਗੀ ਆ ਹੂੰ ਤੇ ਕਦ ਵੱਧ ਜਾਣਾ ਗਰਮੀ ਦਾ ਜੀ ਬਿਲਕੁਲ ਤੇ ਤਪਸ਼ਤ ਕੀ ਪੂਰੀ ਰਹਿਣੀ ਆ ਤੇ ਕਹਿੰਦੇ ਪੜਾਕੇ ਪਾਉ ਗਰਮੀ ਪੈਣੀ ਆ ਹਾਂ ਦੇਖੋ ਕੀ ਬਣਦਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੂਗਾ ਤੇ ਬਾਕੀ ਹੁਣ ਚਾਜਦਾ ਵਿਚਾਰ ਵੱਲ ਨੂੰ ਵਧੀਏ ਅੱਜ ਪਹਿਲ ਤੁਹਾਡੀ ਨਹੀਂ ਟਾਣਾ ਸਾਹਿਬ ਅੱਜ ਤਾਂ ਤੁਸੀਂ ਹੀ ਚਾਜਦਾ ਵਿਚਾਰ ਪਹਿਲਾਂ ਸੁਣਾਉਂਦੇ ਆਇਓ ਤੇ ਅੱਜ ਵੀ ਤੁਸੀਂ ਸੁਣਾਉਂਦੇ ਹੋ ਹੁਣ ਫਿਰ ਗੌਰ ਨਾਲ ਸੁਣਿਓ ਕਿ ਸਾਡੇ ਤੁਰ ਜਾਣ ਤੋਂ ਬਾਅਦ ਵੀ ਦੁਨੀਆ ਇਵੇਂ ਹੀ ਚਲਦੀ ਰਹਿਣੀ ਸਾਡੇ ਮਰ ਜਾਣ ਤੋਂ ਬਾਅਦ ਸਾਡੇ ਮੁੱਕ ਜਾਣ ਤੋਂ ਬਾਅਦ ਸਾਡੇ ਖਤਮ ਹੋਣ ਤੋਂ ਬਾਅਦ ਸਾਡੇ ਮਿੱਟੀ ਬਣ ਜਾਣ ਤੋਂ ਬਾਅਦ ਵੀ ਦੁਨੀਆ ਇਉਂ ਹੀ ਚੱਲਦੀ ਰਹਣੀ ਆ ਕਿਉਂਕਿ ਇੱਕ ਤਾਰਾ ਟੁੱਟਣ ਦੇ ਨਾਲ ਕਦੇ ਅਸਮਾਨ ਖਾਲੀ ਨਹੀਂ ਹੁੰਦਾ ਵਾਹ ਇਸ ਕਰਕੇ ਫਿਰ ਮੇਰੀ ਬੇਨਤੀ ਆ ਵੀ ਟਟਿਰੀ ਨਾ ਬਣੀਏ ਇਹ ਨਾ ਸੋਚ ਕੇ ਮੇਰੇ ਕੋਲ ਤਾਂ ਤੇ ਅਸਮਾਨ ਖੜਾ ਜਦੋਂ ਪਤਾ ਹੀ ਆ ਵੀ ਜਿਹੜਾ ਪੈਦਾ ਹੋਇਆ ਉਹਨੇ ਚਲੇ ਜਾਣਾ ਹੂੰ ਉਹਨੇ ਕੰਮ ਖਤਮ ਹੋ ਜਾਣਾ ਦਾ ਹੂੰ ਤੇ ਰੌਲਾ ਕਿਹੜੀ ਗੱਲ ਦਾ ਸਹੀ ਗੱਲ ਆ ਫੇਰ ਖਬਰ ਉਪਤਾ ਕਿਵੇਂ ਆਉਗੀ ਤੁਰਿਆ ਜਾਂਦਾ ਸੀ ਮਿੰਟ ਚ ਸਭ ਮੁੱਕ ਗਏ ਤੇ 2 ਘੰਟੇ ਪਹਿਲਾਂ ਆਪਣਾ 3600 ਥਾਮ ਤੇ ਰੋਲਾ ਚੱਲਦਾ ਹੁੰਦਾ ਇਸ ਕਰਕੇ ਰੋਲੇ ਰੂਲੇ ਮਕਾ ਕੇ ਜਿੱਥੇ ਬਣਦੀ ਆ ਬਣਾ ਲਓ ਜਿੱਥੇ ਨਹੀਂ ਬਣਦੀ ਮਟਾ ਲਓ ਬਿਲਕੁਲ ਜਦੋਂ ਪਤਾ ਕੋਈ ਨਹੀਂਗਾ ਤੇ ਫੇਰ ਜੋ ਕਹਿੰਦੇ ਹੁਣ ਬੰਦਾ ਤਾਂ ਚੰਗਾ ਸੀ ਮਰਨਾ ਪੈਂਦਾ ਬੰਦਾ ਚੰਗਾ ਸੀ ਇਹ ਖਵਾਉਣ ਦੇ ਲਈ ਬਿਲਕੁਲ ਸਹੀ ਜਉਂਦੇ ਨੂੰ ਕੋ ਚੰਗਾ ਵੀ ਨਹੀਂ ਕਹਿੰਦਾ ਗੱਲ ਇਹ ਟਣਾ ਸਾਹਿਬ ਕੇ ਜ਼ਿੰਦਗੀ ਜਿਵੇਂ ਤੁਸੀਂ ਕਹੇ ਇੱਕ ਵਾਰ ਹੀ ਮਿਲਦੀ ਹੈ ਤੇ ਇਹਦੇ 'ਚ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਸ਼ਰਮ ਕੋਈ ਵੀ ਸ਼ਿਕਵਾ ਕੋਈ ਵੀ ਇਹ ਚੀਜ਼ ਹੋਣੀ ਚਾਹੀਦੀ ਹੈ ਕਿ ਲੈ ਭਾਈ ਲੋਕ ਕੀ ਕਹਿਣਗੇ ਆਪਣੀ ਜ਼ਿੰਦਗੀ ਦੇ ਫੈਸਲੇ ਆਪ ਲੈਣੇ ਸਿੱਖੋ ਲੋਕ ਕੁਛ ਨਾ ਕੁਛ ਕਹਿੰਦੇ ਹੀ ਨੇ ਤੇ ਉਹਨਾਂ ਨੇ ਕਹਿੰਦੇ ਰਹਿਣੇ ਹੈ ਹਾਂ ਪਰ ਫਿਰ ਵੀ ਬੇਨਤੀ ਇਹ ਆ ਵੀ ਜੇ ਜ਼ਿੰਦਗੀ ਇੱਕ ਵਾਰ ਹੀ ਮਿਲੀ ਹੈ ਆਪਣੇ ਤਰੀਕੇ ਨਾਲ ਜਿਉਣੀ ਹੈ ਤਾਂ ਐ ਨਹੀਂ ਵੀ ਕੁਝ ਵੀ ਕਰ ਦੇਗੀ ਨਹੀਂ 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 ਮੇਰੇ ਕਹਿੰਦਾ ਮਤਲਬ ਇਹ ਨਹੀਂ ਹੈ ਵੀ ਜੇ ਆਪਣੇ ਤਰੀਕੇ ਨਾਲ ਜਿਉਣੀ ਹੈ ਤਾਂ ਆਪਾਂ ਦੂਜਰਾ ਜਿਉਣਾ ਖਰਾਬ ਕਰ ਦਈਏ ਇਹ ਤਾਂ ਨਹੀਂ ਹੈ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਕਈ ਵਾਰ ਅਸੀਂ ਬਹੁਤੇ ਫੈਸਲੇ ਆਪਣੀ ਜ਼ਿੰਦਗੀ ਦੀ ਚੰਗਿਆਈ ਦੇ ਲਈ ਆਪਣੀ ਭਲਾਈ ਦੇ ਲਈ ਇਸ ਲਈ ਨਹੀਂ ਲੈਂਦੇ ਕਿ ਲੋਕ ਕੀ ਕਹਿਣਗੇ ਆਲਾ ਦੁਆਲਾ ਕੀ ਕਹੂਗਾ ਤੇ ਉਸ ਚੀਜ਼ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਇੱਕ ਸੱਭਿਅਕ ਮਨੁੱਖ ਹੋ ਕੇ ਆਪ ਜਿਓ ਤੇ ਜੀਣ ਦਿਓ ਨਾ ਤਾਂ ਕਿਸੇ ਦੇ ਫੈਸਲੇ 'ਚ ਟੰਗੜਾਓ ਤੇ ਨਾ ਆਪ ਕੋਈ ਫੈਸਲਾ ਕਰਨ ਲੱਗਿਆਂ ਇਹ ਸੋਚੋ ਕਿ ਕੋਈ ਕੀ ਕਹੂਗਾ ਬਿਲਕੁਲ ਸਹੀ ਗੱਲ ਹੈ ਜ਼ਿੰਦਗੀ ਸਹੀ ਰਾਹ ਦੇ ਉੱਪਰ ਚੱਲਣੀ ਚਾਹੀਦੀ ਹੈ ਐਵੇਂ ਕੰਦਰ ਨੇ ਹਕ ਤੇ ਦੀਵਾ ਬਾਲਾਂਗੇ ਹਕ ਤੇ ਦੀਵਾ ਬਾਲਾਂਗੇ ਜਦੋਂ ਲੱਕੜਾ ਤੇ ਪਏ ਹੁੰਨੇ ਇਸੇ ਹਿੱਕ ਤੇ ਕਿਉਂ ਪਾਉਂਦੇ ਆ ਜੀ ਨਾਲੇ ਵੈਸੇ ਵੀ ਬਹੁਤੀ ਵਾਰ ਟੈਣਾ ਸਭ ਅਸੀਂ ਲੋਕ ਨਾ ਇਹ ਸੋਚਣ ਲੱਗ ਜੰਨੇ ਆ ਲੈ ਮੈਂ ਫਲਾਣੇ ਦਾ ਜੋਣਾ ਫੇਰ ਕਰਤਾ ਨਾ ਦੁੱਬਰ ਕੋਈ ਕਿਸੇ ਦਾ ਜੋਣਾ ਦੁੱਬਰ ਨਹੀਂ ਕਰਦਾ ਤੁਹਾਡਾ ਆਪਣਾ ਜਿਉਣਾ ਵੀ ਨਾਲ ਹੀ ਦੁਪਹਿਰ ਦਾ ਜਦੋਂ ਅਸੀਂ ਕਿਸੇ ਦਾ ਜਿਉਣਾ ਦੁਪਹਿਰ ਕਰਦੇ ਆ ਆਪ ਵੀ ਪਕੌੜੀ ਵਰਕੇ ਬਣ ਜਾਂਦੇ ਆਂ ਕਿਉਂਕਿ ਭੱਜਣ ਠ ਕਰਨੀ ਪੈਂਦੀ ਆ ਦਿਮਾਗ ਪੁੱਠੇ ਪਾਸੇ ਤੈਨੂੰ ਜਾਣਾ ਇਹ ਬੜਾ ਤਗੜਾ ਵਹਿਮ ਹੁੰਦਾ ਹੈ ਕਿ ਮੈਂ ਦੂਜੇ ਨੂੰ ਭੱਜੜਾ ਪਵਾਤੀ ਆ ਇਹ ਭੱਜਦਿਆਂ ਨੂੰ ਵਾਂਣ ਇੱਕੋ ਜਿਹੇ ਹੁੰਦੇ ਆ ਮੈਂ ਦੂਜੇ ਨੂੰ ਚੈਨ ਨਾਲ ਟਿਕਣੀ ਤਾਂ ਨਹੀਂ ਅਸੀਂ ਇਹ ਭੁੱਲ ਜਾਂਦੇ ਆ ਕਿ ਸਭ ਕੁਝ ਦੇ ਵਿੱਚ ਅਸੀਂ ਆਪਣਾ ਚੈਨ ਵੀ ਤਾਂ ਗਵਾ ਲਿਆ ਆਪ ਕਿੱਥੇ ਜੀ ਸਕਿਆ ਆ ਆਪ ਵੀ ਤਾਂ ਉਸੇ ਪ੍ਰੈਸ਼ਰ ਦੇ ਵਿੱਚ ਉਸੇ ਤੰਗੀ ਦੇ ਵਿੱਚ ਦਿਨ ਕੱਢੇ ਨੇ ਤੇ ਫਿਰ ਇਹ ਜ਼ਰੂਰੀ ਹੈ ਕਿ ਆਪਾਂ ਇਹ ਇਸ ਵਹਿਮ ਚੋਂ ਨਿਕਲੀਏ ਕਿ ਅਸੀਂ ਕਿਸੇ ਦਾ ਜਿਉਣਾ ਦੁੱਭਰ ਕੀਤਾ ਹਾਂ ਹਾਂ ਕਦੇ ਨਹੀਂ ਆ ਹੁੰਦਾ ਹਰ ਬੰਦਾ ਆਪਣੀ ਜ਼ਿੰਦਗੀ ਜਿਉਂਦਾ ਤੇ ਜਿਉਣੀ ਚਾਹੀਦੀ ਵੀ ਹੈ ਆਪਣੇ ਆਲਾ ਹੁਣ ਦਿਓ ਧਿਆਨ ਨਾਲ ਸੁਣਿਓ ਟਹਿਣਾ ਸਾਹਿਬ ਇਹ ਇੱਕ ਕਟਾਕਸ਼ ਕਰਦੀ ਗੱਲ ਹੈ ਕਹਿੰਦੇ ਪੱਥਰ ਪੱਥਰ ਹੋਣ ਤੋਂ ਪਹਿਲਾਂ ਮਿੱਟੀ ਸੀ ਅੱਛਾ ਪੱਥਰ ਪੱਥਰ ਹੋਣ ਤੋਂ ਪਹਿਲਾਂ ਮਿੱਟੀ ਸੀ ਪੱਥਰ ਹੋਣ ਤੋਂ ਪਹਿਲਾਂ ਮਿੱਟੀ ਹੀ ਸੀ ਉਹਨੂੰ ਜ਼ਿਆਦਾ ਤਾਪ ਤੇ ਜ਼ਿਆਦਾ ਦਬਾਅ ਨੇ ਪੱਥਰ ਬਣਾਇਆ ਹਾਂ ਤੇ ਇਹੀ ਗੱਲ ਕੁਝ ਮਨੁੱਖਾਂ ਤੇ ਵੀ ਢੁੱਕਦੀ ਹੈ ਆਪਾਂ ਕਹਿੰਦੇ ਬੰਦਾ ਪੱਥਰ ਬਣ ਗਿਆ ਇਹ ਤਾਂ ਪੱਥਰ ਆਰ ਗਏ ਤੇ ਕੋਈ ਅਸਰ ਹੀ ਨਹੀਂ ਹੁੰਦਾ ਪਰ ਬਹੁਤੀ ਵਾਰ ਉਹ ਪੱਥਰ ਇਸ ਲਈ ਬਣਿਆ ਹੁੰਦਾ ਕਿਉਂਕਿ ਉਹਦੇ ਤੇ ਵੀ ਅਸੀਮਤ ਤਾਪ ਤੇ ਅਸੀਮਤ ਉਹਦੇ ਉੱਤੇ ਦਬਾਅ ਪਾਇਆ ਗਿਆ ਹੁੰਦਾ ਜ਼ਮਾਨੇ ਵੱਲੋਂ ਇਸ ਲਈ ਉਹ ਪੱਥਰ ਬਣ ਜਾਂਦਾ ਬਹੁਤ ਵਧੀਆ ਗੱਲ ਆ ਸ਼ੁਕਰੀਆ ਮੈਂ ਇਹਦੇ ਬਾਰੇ ਸਿਰਫ ਇੱਕੋ ਗੱਲ ਕਹ ਰਿਹਾ ਥਾ ਵੰਡਰਫੁਲ ਥੈਂਕ ਯੂ ਕਮਾਲ ਕਰਤੀ ਅੰਗਰੇਜ਼ੀ ਚ ਅੱਜ ਸਿਫਤ ਕੀਤੀ ਹੈ ਹਾਂਜੀ ਹਾਜ਼ਰੇ ਚੰਚੀ ਦਾ ਵੀਚਾਰ ਹਰਮਨ ਜੀ ਤੁਹਾਨੂੰ ਸਰਪੰਚ ਬਣਨ ਦਾ ਸੁਨਹਿਰੀ ਮੌਕਾ ਐ ਸੰਸਾਰਪੁਰ ਪਿੰਡ ਦੀ ਸਰਪੰਚੜੀ ਤੇਲੀ ਸਕੂਟਰੀ ਤੇ ਠੀਕ ਆ ਜਿਹਦੀ ਆਪਣੀ ਪੁਲੀ ਨਹੀਂ ਬਣੀ ਜਿਹਦੇ ਘਰ ਦਾ ਆਪਣਾ ਸੀਵਰੇਜ ਨਹੀਂ ਪਿਆ ਜਿਹਨੇ ਬਹੁਤ ਮਿਹਨਤਾਂ ਕੀਤੀਆਂ ਸਿਸਟਮ ਦੇ ਨਾਲ ਬਹੁਤ ਲੜਾਈ ਲੜੀ ਪਰ ਫੇਰ ਵੀ ਮਸਰਾਲ ਨਹੀਂ ਹੋਇਆ ਉਹ ਸਰਪੰਚ ਬਣੂਗੀ ਓਏ ਆਪ ਵਿੱਚ ਰਾਜਨੀਤੀ ਚ ਆ ਕੇ ਆਪ ਸਰਪੰਚ ਬਣ ਕੇ ਆਪਦੀ ਗਲੀ ਤੋਂ ਸ਼ੁਰੂਆਤ ਕਰਕੇ ਪੂਰੇ ਪਿੰਡ ਦਾ ਵਿਕਾਸ ਕਰਦੇ ਹੋ ਨਾ ਸਰਪੰਚਣੀ ਬਣ ਜੋ ਹਾਂ ਮੈਂ ਵੀ ਇਹ ਕਹਾਂ ਕਿ ਰਾਜਨੀਤੀ ਦਾ ਚਿੱਕੜ ਸਾਫ਼ ਕਰਨ ਦੇ ਲਈ ਮੈਨੂੰ ਇਸ ਚਿੱਕੜ ਚ ਉਤਰਨ ਆਈ ਪਿਆ ਤੇ ਹੁਣ ਮੈਂ ਇਹਦੀ ਸਫਾਈ ਕਰੂੰਗੀ ਲੋਕਾਂ ਦਾ ਭਲਾ ਕਰੂੰਗੀ ਟਣਾ ਸਾਹਿਬ ਇਹਨਾਂ ਕੋਫਰ ਨਹੀਂ ਤੋਲ ਹੋਣਾ ਜੀ ਲੋਕਾਂ ਨੂੰ ਜਾ ਕੇ ਠੰਡੇ ਠੰਡੇ ਪਿਉਣੇ ਸ਼ੁਰੂ ਕਰੋ ਅੱਛਾ ਹਾਂ ਤੇ ਚਾਹੀਦਾ ਵਿਚਾਰ ਕੇ ਲੋ ਕਰਾ ਉਹ ਜਦੋਂ ਇੱਥੇ ਦੋ ਤਿੰਨ ਘੰਟੇ ਬਾਅਦ ਜਾ ਕੇ ਕਰੇ ਹਾਂਜੀ ਹਰ ਰੋਜ਼ ਸੋਚ ਲਓ ਵੀ ਭਾਈ ਪੰਜ ਘਰਾਂ ਨੂੰ ਠੰਡਾ ਪੀਉਣਾ ਤੇ ਮਤਲਬ ਜਿੰਨੇ ਜਿੰਨੇ ਕੁ ਵੀ ਮਤਲਬ ਛਿੱਲੜ ਹੈਗੇ ਨੇ ਕੋਲ ਉਹ ਵੀ ਇਸ ਕੰਮ ਦੇ ਵਿੱਚ ਘਵਾ ਲਵਾ ਤੇ ਮੁੜ ਕੇ ਦੇਖਾ ਤਾਂ ਠਾਵੀ ਆ ਕੀ ਬਣਿਆ ਜਦੋਂ ਸਕੂਟਰੀ ਤੇ ਸਰਪੰਚਣੀ ਲਿਖਿਆ ਹੋਊਗਾ ਨਾ ਤੇ ਤਰਾ ਨਿਕਲਣਾ ਕਈਆਂ ਦਾ ਖੂਕੇ ਜਾਣੇ ਕਈ ਕਾਲ ਕੇ ਸਰਪੰਚਣੀ ਵੇਖ ਕੇ ਪੀੜੀਦਰ ਪੀੜੀ ਕਰ ਚੱਲੂਗੀ ਨਹੀਂ ਬੇਪੇ ਸਰਪੰਚਣੀ ਸੀ ਆਪਣੀ ਮੰਮੀ ਦੀ ਸਰਪੰਚਣੀ ਹੁੰਦੀ ਸੀ ਪਤਾ ਨਹੀਂ ਪੀੜੀਦਰ ਪੀੜੀ ਗੱਲ ਚਲਣੀ ਕਿ ਨਹੀਂ ਪਰ ਹੁਣ ਮਤਲਬ ਜਿਹੜਾ ਕੰਮ ਚੱਲ ਰਿਹਾ ਉਹਨੂੰ ਵੀ ਰੋਕ ਲਵਾ ਮੈਂ ਤੇ ਨਾਲੇ ਦੂਜੀ ਗੱਲ ਇਹ ਸੁਪਨਾ ਕਦੇ ਵੀ ਨਹੀਂ ਪੂਰਾ ਹੋ ਸਕਦਾ ਸਾਡਾ ਪਿੰਡ ਕਾਰਪੋਰੇਸ਼ਨ ਚ ਆ ਗਿਆ ਟਾ ਸਰਪੰਚ ਬਣਨਾ ਹੀ ਨਹੀਂ ਕਿਸੇ ਹੋਰ ਪਿੰਡ ਚ ਦੇਖ ਲੋ ਆ ਅੱਜ ਕੱਲ ਤਾਂ ਵੈਸੇ ਵੀ ਇਹ ਰਵਾਜ਼ ਆ ਕਹਿੰਦੇ ਇੱਥੋਂ ਮੈਨੂੰ ਟਿਕਟ ਨਾ ਦਿਓ ਇੱਥੇ ਮੈਨੂੰ ਸਾਰੇ ਜਾਣਦੇ ਆ ਨਹੀਂ ਨਹੀਂ ਹੋਰ ਗੱਲ ਦੱਸਦਾ ਆ ਹੁਣ ਇੱਕ ਰਿਪੋਰਟ ਆਈ ਆ ਕਹਿੰਦੇ ਵੀ ਭਾਈ ਆ ਜਿਹੜੀ 17ਵੀਂ ਲੋਕ ਸਭਾ ਜਿਹਦਾ ਹੁਣ ਕਾਰਜਕਾਲ ਖਤਮ ਹੋਣ ਵਾਲਾ ਇਹਦੇ ਵਿੱਚ ਫਲਾਣੇ ਨੇ ਕਹਿੰਦੇ ਸਭ ਤੋਂ ਵੱਧ ਸਵਾਲ ਪੁੱਛਿਓ ਪਹਿਲੇ ਨੰਬਰ ਤੇ ਆ ਮੈਂ ਕਿਹਾ ਇਹਨਾਂ ਨੂੰ ਲੈ ਜਾਓ ਇਹਨਾਂ ਦੇ ਸਵਾਲ ਪੁੱਛ ਪੁੱਛ ਕਮਲੇ ਕਰ ਦੇਣੇ ਆ ਇੱਕ ਵਾਰ ਲੈ ਕੇ ਤਾਂ ਜਾਓ ਲੈ ਕੇ ਜਾਓ ਹੁਣ ਪਤਾ ਨਹੀਂ ਲੱਗਣਾ ਵੀ ਦਿਨ ਚ ਕਿੰਨੇ ਪੁੱਛ ਗਏ ਤੇ ਨਾਲੇ ਜੇ ਬਹੁਤੀ ਗੱਲ ਹੋ ਉਹ ਨਾਲ ਟੈਣਾ ਸਾਹਿਬ ਵੀ ਲੈ ਜਾਗੇ ਜਦੋਂ ਇਹ ਅੜ ਗਏ ਨਾ ਪਹਿਲਾਂ ਪਿਛਲੇ ਦਾ ਉੱਤਰ ਪਹਿਲਾਂ ਮੈਨੂੰ ਪਿਛਲੇ ਦਾ ਉੱਤਰ ਚਾਹੀਦਾ ਫਿਰ ਮੈਨੂੰ ਸੰਤੁਸ਼ਟੀਜਨਕ ਉੱਤਰ ਮਿਲਿਆ ਫਿਰ ਅਗਲੀ ਗੱਲਬਾਤਾਂ ਕਰਾਂਗੇ ਫਿਰ ਸਾਹਿਬ ਦੇ ਨਾਲ ਤਾਂ ਟੈਣਾ ਸਾਹਿਬ ਰੋਜ਼ ਸੱਚ ਨੂੰ ਹਣਾ ਚਾਹੀਦਾ ਹਾਂ ਫਿਰ ਤਾਂ ਅੱਧੇ ਤਾਂ ਸਾਡੇ ਤੋਂ ਆਖ ਹੀ ਆਵਾਕ ਆਊਟ ਕਰ ਜਾ ਕਰਨਗੇ ਇਹ ਨਹੀਂ ਜਾਂਦੇ ਕਿਤੇ ਮੈਂ ਤਾਂ ਸੋਚ ਕੇ ਵੇਖੋ ਜੇ ਕਿਤੇ ਤੁਹਾਨੂੰ ਵਿਧਾਨ ਸਭਾ ਚ ਰਾਜ ਸਭਾ ਚ ਲੋਕ ਸਭਾ ਚ ਮੌਕਾ ਮਿਲ ਟੈਣਾ ਸਾਹਿਬ ਸਵਾਲ ਪੁੱਛਣ ਦਾ ਤੁਸੀਂ ਤਾਂ ਸੱਚੀ ਅੱਧਿਆਂ ਦਾ ਮਤਲਬ ਜਿਉਣਾ ਕਿਉਂ ਕਿਉਂਕਿ ਤੁਸੀਂ ਤਾਂ ਅੜ ਜਾਣਾ ਇੱਕੋ ਹੀ ਸਵਾਲ ਤੇ ਨਾ ਤੁਸੀਂ ਰੋਲਾ ਪੈਣ ਦੇ ਤੁਸੀਂ ਕਹਿੰਦੇ ਚੁੱਪ ਪਹਿਲਾਂ ਮੇਰੀ ਗੱਲ ਹਾਂ ਪਹਿਲਾਂ ਮੇਰਾ ਸਵਾਲ ਪਹਿਲਾਂ ਇਹਦਾ ਜਵਾਬ ਬਾਕੀ ਗੱਲਾਂ ਬਾਅਦ ਚ ਹੋਣਗੀਆਂ ਨਹੀਂ ਜੇ ਮੈਨੂੰ ਵਿੱਚ ਬੋਲਦੇ ਨੂੰ ਕੋਈ ਵਿਚਾਰੇ ਖਲਲ ਪਾਊਗਾ ਵੀ ਉਧਰਲੇ ਪਾਸੇ ਨਾਰਾ ਲਾਇਆ ਮੈਂ ਹਾਂ ਮੈਂ ਬੈਨਾ ਤੂੰ ਬੋਲ ਇਹਦੇ ਵੱਲ ਕੈਮਰਾ ਘਮਾਓ ਜੇ ਇੱਕ ਸੋਹਣੀ ਟੇਬਲ ਖੜਕਾਇਆ ਹਾਂ ਚੁੱਪ ਪਹਿਲਾਂ ਮੈਂ ਬੋਲ ਰਿਹਾ ਮੇਰਾ ਧਿਆਨ ਭਟਕਦਾ ਪਰ ਖੈਰ ਸਰਪੰਚਰੀ ਬਣਨਕ ਨਹੀਂ ਉਹ ਮੈਂ ਨਹੀਂ ਬਣਨਾ ਜੀ ਮੇਰੇ ਜਿਹੜੇ ਹੱਥਾਂ ਭੰਗ ਹੋ ਗਈਆਂ ਹੂੰ 13000 ਤੋਂ ਵੱਧ ਪੰਜਾਬ ਦੀਆਂ ਪੰਚਾਇਤਾਂ ਜੀ ਕਿਸੇ ਵੀ ਵੇਲੇ ਚੋਣਾਂ ਦਾ ਐਲਾਨ ਹੋ ਸਕਦਾ ਹੁਣ ਦੇਖੋ ਜਿਨ੍ਹਾਂ ਨੇ ਸਰਪੰਚ ਬਣਨ ਦੀ ਇੱਛਾ ਪਾਲੀ ਆ ਜਾਂ ਜਿਹੜੇ ਪਿੰਡ ਦੀ ਮੋਤਬਰੀ ਕਰਨੀ ਚਾਹੁੰਦੇ ਆ ਉਹਨਾਂ ਨੇ ਤਿਆਰੀਆਂ ਖਿੱਚ ਲਈਆਂ ਇਸ ਕਰਕੇ ਭਾਈ ਆਜੋ ਹੁਣ ਮੈਦਾਨ ਦੇ ਵਿੱਚ ਆਉਣ ਦੀ ਤਿਆਰੀ ਆ ਤੁਸੀਂ ਵੀ ਆ ਜਾਓ 13241 ਪੰਚਾਇਤਾਂ ਜਿਹੜੀਆਂ ਕਿ ਹੁਣ ਭੰਗ ਹੋਈਆਂ ਤੇ ਹੁਣ ਨਵੇਂ ਸਿਰਿਓਂ ਪੰਚਾਇਤਾਂ ਚੁੜੀਆਂ ਜਾਣੀਆਂ ਤੇ ਆਪਾਂ ਜਾਣਦੇ ਆ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਨੇ ਇਹ ਗੱਲ ਵੀ ਕਹੀ ਸੀ ਕਿ ਜਿਨ੍ਹਾਂ ਪਿੰਡਾਂ ਦੇ ਵਿੱਚ ਸਰਬਸੰਮਤੀ ਹੋਊਗੀ ਉਹਨਾਂ ਨੂੰ 5-5 ਲੱਖ ਰੁਪਈਆ ਵੀ ਮਿਲੂਗਾ ਦੇਖਦੇ ਆ ਟਾਣਾ ਸਾਹਿਬ ਕਿਹੜੇ ਪਿੰਡ ਵਾਕਈ ਇਹ ਮੌਕਾ ਨਹੀਂ ਗਵਾਉਂਦੇ ਕਿਹੜੇ ਵਾਕਈ 5-5 ਲੱਖ ਲੈ ਪਾਉਂਦੇ ਨੇ ਹਨਾ ਪਰ ਇੱਕ ਬੇਨਤੀ ਹੈ ਚਾਹੇ ਕੋਈ ਵੀ ਉਮੀਦਵਾਰ ਹੈ ਚਾਹੇ ਪਿੰਡਾਂ ਦੇ ਵਿੱਚੋਂ ਕੋਈ ਵੀ ਸਰਪੰਚ ਚੁਣਿਆ ਜਾਂਦਾ ਉਹਨਾਂ ਮੂਰੇ ਇੱਕ ਬੇਨਤੀ ਹੈ ਅੱਜ ਤੱਕ ਬਹੁਤ ਸਾਰੀਆਂ ਗੱਲਾਂ ਸੀ ਸੁਣੀਆਂ ਨੇ ਦੇਖੀਆਂ ਨੇ ਸਾਡੇ ਪਰਿਵਾਰਾਂ ਨੇ ਹੰਡਾਈਆਂ ਨੇ ਸਾਡੇ ਬਜ਼ੁਰਗਾਂ ਨੇ ਵੀ ਵੇਖੀਆਂ ਨੇ ਪਿੰਡਾਂ ਦੇ ਉਹ ਮਸਲੇ ਜਿਹੜੇ ਅੱਜ ਤੱਕ ਹੱਲ ਹੀ ਨਹੀਂ ਹੋ ਸਕੇ ਕਈ ਪੰਚਾਇਤਾਂ ਬਣੀਆਂ ਕਈ ਸਰਪੰਚ ਆਏ ਕਈ ਅੱਜ ਵੀ ਸਾਬਕਾ ਸਰਪੰਚ ਲਖਾ ਕੇ ਪੱਟੀ ਤੇ ਉਹ ਗੱਡੀ ਦੇ ਉੱਪਰ ਘੁੰਮਦੇ ਨੇ ਬਹੁਤ ਕੁਝ ਵਾਪਰਿਆ ਪਰ ਹੁਣ ਜਿਹੜੇ ਵੀ ਚੁਣੇ ਜਾਣ ਲੋਕਾਂ ਦੇ ਸਕੇ ਹੋ ਕੇ ਕੰਮ ਕਰਿਓ ਪਿੰਡਾਂ ਦੇ ਸਕੇ ਹੋ ਕੇ ਕੰਮ ਕਰਿਓ ਪੰਜਾਬੀਆਂ ਦੇ ਸਕੇ ਹੋ ਕੇ ਕੰਮ ਕਰਿਓ ਅਸੀਂ ਸਰਕਾਰਾਂ 'ਚ ਨੁਕਸ ਕੱਢਦੇ ਆ ਪਰ ਉਹ ਨੁਕਸ ਕੱਢਣ ਦਾ ਹੱਕ ਸਾਨੂੰ ਤਾਂ ਹੀ ਹੈ ਜੇਕਰ ਅਸੀਂ ਆਪਣੇ ਫਰਜ਼ ਸਹੀ ਤਰੀਕੇ ਨਾਲ ਨਿਭਾਉਂਦੇ ਅਗਲੀ ਗੱਲ ਇਹ ਆ ਵੀ ਅਸੀਂ ਪੰਜਾਬੀ ਹਮੇਸ਼ਾ ਲਾਂਭਾ ਦੰਨੇ ਆ ਸਾਡਾ ਵਿਧਾਇਕ ਸਹੀ ਨਹੀਂ ਬੰਦਾ ਚੁੜਿਆ ਗਿਆ ਕਿਉਂਕਿ ਸਾਨੂੰ ਇਹਦੇ ਬਾਰੇ ਪਤਾ ਨਹੀਂ ਸੀ ਸਾਨੂੰ ਉਹਦੇ ਪਿੱਛੇ ਲੱਗ ਕੇ ਵੋਟ ਪਾਉਣੀ ਪਈ ਸਹੀ ਅਸੀਂ ਐਮਪੀ ਗਲਤ ਚੁਣ ਬੈਠੇ ਆ ਕਿਉਂਕਿ ਸਾਨੂੰ ਆਪਣੇ ਵਿਧਾਇਕ ਦੇ ਪਿੱਛੇ ਲੱਗ ਕੇ ਵੋਟ ਪਾਉਣੀ ਪਈ ਆ ਸਾਨੂੰ ਸਰਪੰਚ ਦੇ ਪਿੱਛੇ ਲੱਗ ਕੇ ਵੋਟ ਪਾਉਣੀ ਪਈ ਆ ਪਰ ਹੁਣ ਤਾਂ ਚੁਣਨਾ ਹੀ ਸਰਪੰਚ ਆ ਹੁਣ ਕਿਹਦੇ ਪਿੱਛੇ ਲੱਗਣਾ ਹੈ ਦੱਸੋ ਨਾਲੇ ਪਿੰਡ ਦੇ ਵਿੱਚ ਤਾਂ ਹਰ ਇੱਕ ਬੰਦੇ ਨੂੰ ਆਪਾਂ ਜਾਣਦੇ ਹੁੰਦੇ ਨੇ ਤੇ ਨਾਲੇ ਹਲੇ ਕਈ ਮਹੀਨੇ ਪਏ ਆ ਪੰਚਾਇਤੀ ਚੋਣਾਂ ਹੋਣ ਚ ਕਿਉਂਕਿ ਇਹ ਕਿਹੜਾ ਤਰੀਕਾ ਐਲਾਨੀ ਹਾਲੇ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਸ਼ਾਇਦ ਇਹ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਹੋਣ ਚੋਣਾਂ ਪੰਚਾਇਤੀ ਵਾਲੀਆਂ ਸ਼ਾਇਦ ਪਰ ਗੱਲ ਇਹ ਵੀ ਤੁਹਾਡੇ ਕੋਲੇ ਕਈ ਮਹੀਨੇ ਆ ਪਿੰਡ ਦੇ ਵਿੱਚ ਕਿਹੜਾ ਬੰਦਾ ਚੰਗਾ ਤੇ ਕਿਹੜਾ ਬੰਦਾ ਗਲਤ ਆ ਇਹਦੀ ਚੋਣ ਹੋਣੇ ਕਰ ਲੋ ਇਹ ਨਾ ਹੋਵੇ ਤੀਜੇ ਕ ਮਹੀਨੇ ਕਰੀ ਜਾਵਾਂ ਲੈ ਠੰਡਾ ਇਸੇ ਕੱਲਾ ਪਿਆ ਐਵੇਂ ਹੀ ਮਗਰ ਲਾ ਲਿਆ ਕੁੱਟਾਂ ਦੋ ਮਿਲੀਆਂ ਹਾਂ ਕੁੱਕੜ ਦਾ ਪੀਸ ਹੀ ਨਹੀਂ ਸੀ ਕਚੜਾ ਫਿਰ ਜੋ ਐ ਕਰੀ ਜਾਵਾਂਗੇ ਜੀ ਇਸ ਕਰਕੇ ਭਾਈ ਪਿੰਡ ਦਾ ਬੰਦਾ ਵੀ ਜੇਕਰ ਆਪਾਂ ਸਹੀ ਨਹੀਂ ਚੁਣ ਸਕੇ ਤਾਂ ਲਾੜਨ ਤਾਂ ਸਾਡੇ ਤੇ ਆ ਉਹਨਾਂ ਤੇ ਨਹੀਂ ਬਿਲਕੁਲ ਤੇ ਨਾਲੇ ਕਈ ਜਿਹੜੇ ਹੁੰਦਾ ਨਾ ਤੁਸੀਂ ਅਕਸਰ ਉਹ ਗੱਲ ਕਰਦੇ ਹੁੰਨੇ ਹੋ ਟਹਿਣਾ ਸਾਹਿਬ ਅੱਜ ਮੈਂ ਦੁਹਰਾ ਦਿੰਨੀ ਆ ਤੁਹਾਡੀ ਥਾਂ ਤੇ ਵੀ ਕਈ ਵਾਰ ਸਰਬਸੰਮਤੀ ਹੁੰਦੇ 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 ਇੱਕ ਕੋਈ ਆਉਂਦਾ ਮੋਤਵਾਰ ਜਿਹੜਾ ਆਪੇ ਹੀ ਬਣਿਆ ਮੋਤਵਾਰ ਹੁੰਦਾ ਜਿਹਨੂੰ ਇਹ ਲੱਗਦਾ ਵੀ ਮੈਂ ਉੱਟਟੀ ਦੀ ਜਿਹੜੇ ਟਟਿਰੀ ਟਾਈਪ ਲੋਕ ਨੇ ਪਿੰਡ ਦੇ ਵਿੱਚ ਜਿਹੜੇ ਕੱਚਾ ਜਹੱਤ ਦੇ ਕੇ ਤੇ ਨੁਕਸ ਕੱਢਣ ਆ ਜਾਂਦੇ ਨੇ ਤੇ ਸਰਬਸੰਮਤੀ ਹੁੰਦਿਆਂ 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 ਰਹਿ ਜਾਂਦੀ ਐ ਇਹਨਾਂ ਇਕਾਦੁੱਕਾ ਦਾ ਕਰਕੇ ਇਹਨਾਂ ਇਕਾਦੁੱਕਾ ਦੀ ਬਿਲਕੁਲ ਪਰਵਾਹ ਨਾ ਕਰਿਓ ਇਹਨਾਂ ਦੀ ਬਿਲਕੁਲ ਨਾ ਸੁਣਿਓ ਜਿਹੜੇ ਪਾਸੇ ਸਾਰਾ ਪਿੰਡ ਹੈ ਉਸ ਗੱਲ ਨੂੰ ਤਵੱਜੂ ਦਿਓ ਜੇ ਮੰਨ ਲਓ ਦੋ ਧੜੇ ਜਾਂ ਤਿੰਨ ਧੜੇ ਪਿੰਡ ਦੇ ਵਿੱਚ ਤੇ ਗੁਰਦੁਆਰਾ ਸਾਹਿਬ ਕੋਲ ਬੈਠ ਕੇ ਜਾਂ ਧਰਮਸ਼ਾਲਾ ਦੇ ਵਿੱਚ ਬੈਠ ਕੇ ਸਰਬਸੰਮਤੀ ਹੁੰਦੀ ਐ ਕਿਸੇ ਵੀ ਰੂਪ 'ਚ ਹੁੰਦੀ ਸਾਨੂੰ ਨਹੀਂ ਪਤਾ ਤੇ ਉਹ ਸਰਬਸੰਮਤੀ ਹੋ ਲੈਣ ਦੇਓ ਜੇਕਰ ਦੋ ਚਾਰ ਪੰਜ ਜਣੇ ਆਏ ਵਿਚਾਲੇ ਉਹਨਾਂ ਨੇ ਇਹ ਕਹਿ ਕੇ ਤੁਰ ਜਾਣਾ ਤੁਸੀਂ ਇੱਜ਼ਤ ਬਚਾਉਣ ਦੇ ਚੱਕਰ ਦੇ ਵਿੱਚ 50 50 ਲੱਖ 30 ਲੱਖ ਰੁਪਈਆ ਲਾ ਪੈਣਾ ਤੇ ਜੇਕਰ ਕੋਈ ਇਦਾਂ ਕਹਿੰਦਾ ਉਹਨੂੰ ਪਹਿਲਾਂ ਉਹਨੇ ਕੋਈ 10 ਲੱਖ ਰੁਪਈਆ ਕੱਢ ਇੱਜ਼ਤ ਦੀ ਗੱਲ ਫੇਰ ਕਰਦੇ ਹਾਂ ਵੀ ਪਹਿਲਾਂ ਤਾਂ ਆਪਾਂ ਉਹ ਉਹਦੇ ਚੋਂ ਖਰਚਾ ਕਰਦੇ ਆ ਇਸ ਇੱਜ਼ਤ ਨੂੰ ਬਚਾਉਣ ਖਾਤਰ ਸਰਬਸੰਮਤੀ ਦੀ ਬਾਅਦ ਚ ਗੱਲ ਕਰਾਂਗੇ ਅਣਖ ਬਚਾਉਣ ਦੇ ਲਈ 25 30 ਲੱਖ ਰੁਪਈਆ ਲਾ ਦੀਏ ਅਣਖ ਦੀ ਪਰਿਭਾਸ਼ਾ ਨਾ ਇਦਾਂ ਦੀ ਬਣਾਓ ਵੀ ਕੋਈ ਉਂਗਲ ਲਾ ਗਿਆ ਤੇ ਆਪਣੀ ਅਣਖ ਜਾਗ ਪਈ ਅਣਖੀਲੇ ਹਰ ਕੰਮ ਤੇ ਹੋਣਾ ਚਾਹੀਦਾ ਪਰ ਸੋਹਣੇ ਤਰੀਕੇ ਦੇ ਨਾਲ ਇੱਥੇ ਕਿ ਪੰਚਾਇਤ ਚੰਗੇ ਚੰਗੇ ਪੜੇ ਲਿਖੇ ਇਮਾਨਦਾਰ ਤੇ ਚੰਗੀ ਸੋਚ ਵਾਲੇ ਸਰਪੰਚ ਬਣਨ ਤੇ ਪਿੰਡਾਂ ਦੀ ਨੁਹਾਰ ਬਦਲੀ ਜਾਵੇ ਕਮਾਲ ਹੋ ਜਾਈ ਸਹੀ ਗੱਲ ਹੈ ਉਹ ਆ ਵੀ ਹਾਜ਼ਰ ਹੈ ਜੱਜ ਦਾ ਵੀ ਚਾ ਟਨਾ ਸਾਹਿਬ ਹੁਣ ਆਪਾਂ ਗੱਲ ਕਿਸਾਨੀ ਸੰਘਰਸ਼ ਦੀ ਵੀ ਕਰ ਲਈਏ ਜੀ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਔਰ ਹਰ ਵੇਲੇ ਮਨ ਦੇ ਵਿੱਚ ਧੁੜਕੂ ਹੈ ਇੱਕ ਕਿ ਪਤਾ ਨਹੀਂ ਕੀ ਵਾਪਰੂਗਾ ਪਤਾ ਨਹੀਂ ਕਿਹੜੀ ਨਵੀਂ ਖਬਰ ਆ ਜਾਊਗੀ ਪਤਾ ਨਹੀਂ ਕੀ ਕੀ ਕੁਝ ਹੋ ਰਿਹਾ ਹੋਗਾ ਔਰ ਲੋਕਾਂ ਦਾ ਧਿਆਨ ਇਸ ਵੇਲੇ ਸਾਰਿਆਂ ਦਾ ਹੀ ਜ਼ਿਆਦਾਤਰ ਜਿਹੜਾ ਉਹ ਇਸ ਮਸਲੇ ਵੱਲ ਟਿਕਿਆ ਹੋਇਆ। ਦੇਖੋ ਜੀ ਇੱਕ ਤਾਂ ਗੱਲ ਇਹ ਆ ਵੀ ਕਿਸਾਨ ਸ਼ੰਭੂ ਤੇ ਖਨੌਰੀ ਬਾਰਡਰ ਤੇ ਬੈਠੇ ਆ। ਜੀ ਕਿਸਾਨਾਂ ਦੇ ਵਿੱਚ ਜਜ਼ਬਾ ਹੈ। ਕਿਸਾਨ ਮਸਲੇ ਦਾ ਹੱਲ ਚਾਹੁੰਦੇ ਆ। ਤੇ ਮਸਲੇ ਦਾ ਹੱਲ ਕਿੰਨਾ ਕਿਤੇ ਕਦੋਂ ਕਿ ਨਿਕਲਦਾ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇਗੇ ਪਰ ਜਿਹੜੇ ਬੈਠੇ ਆ ਉਹਨਾਂ ਦਾ ਧੰਨਵਾਦ ਕਰੀਏ ਸ਼ੁਕਰ ਕਰੀਏ ਸ਼ੁਕਰਾਨਾ ਕਰੀਏ ਵੀ ਭਾਈ ਕੋਈ ਤਾਂ ਬੈਠਾ ਹੈ ਸਹੀ ਜਿਹੜੇ ਬੰਦੇ ਸਾਡੇ ਪੰਜਾਬੀ ਗੰਦੇ ਸੁਭਾਅ ਦੇ ਵਿੱਚ ਨਾ ਸ਼ੁਕਰਾਨਾ ਕਰਨਾ ਨਹੀਂਗਾ ਧੰਨਵਾਦ ਕਰਨਾ ਜਿਹਨੂੰ ਐਪਰੀਸ਼ੀਏਟ ਕਹਿੰਦੇ ਆ ਵੀ ਯਾਰ ਕਮਾਲ ਕਰਤੀ ਸ਼ਾਬਾਸ਼ ਆਹ ਗੱਲ ਸਾਡੇ ਸੁਭਾਅ ਦੇ ਵਿੱਚ ਨਾ ਮਾਤਰ ਆ ਅਸੀਂ ਇਹ ਗੱਲ ਕਹਿਣ ਦੇ ਵਿੱਚ ਹੱਤਕ ਮਹਿਸੂਸ ਕਰਦੇ ਆ ਜਰਕੇ ਦਿਲ ਖੋਲ ਕੇ ਕਹਿਣਾ ਚਾਹੀਦਾ ਵੀ ਯਾਰ ਕਮਾਲ ਕਰਤੀ ਤੂੰ ਸਿਰ ਲਾਤਾ ਮੈਥੋਂ ਨਹੀਂ ਕਦੇ ਐ ਹੋਇਆ ਸੀ ਯਾਰ ਪਰ ਤੂੰ ਹੈ ਕਮਾਲ ਦਾ ਬੰਦਾ ਤੇਰੇ ਵਿੱਚ ਹੈ ਕਲਾ ਕਹੋ ਨਾ ਇਹਦੇ ਵਿੱਚ ਹੱਤਕ ਨਹੀਂ ਉਹ ਬੰਦਾ ਦੂਨੇ ਚਾਦੇ ਨਾਲ ਹੌਸਲੇ ਨਾਲ ਕੰਮ ਕਰੂਗਾ ਜੇ ਆਪ ਕਰਕੇ ਗਾਲੇ ਤੈਥੋਂ ਵੀ ਨਹੀਂ ਬਣੀ ਤੇ ਆਪ ਕਿਹੜਾ ਬਣਾਈ ਹੁੰਦੀ ਹੈ ਮਿੱਟੀ ਪੱਟਦੀ ਆਪਾਂ ਬਚਪਨ ਤੋਂ ਪੱਟੀ ਹੈ ਇਹ ਗੱਲਾਂ ਜਿਹੜੀਆਂ ਨਕਾਰਾਤਮਕ ਇਹਦੇ ਵਾਲਾ ਸਿੱਖਿਆal ਕਰਗੇ ਜੋ ਜਾਣੇ ਕੋਈ ਨਾ ਹੋ ਕੜੀ ਕੋਲ ਨਾ ਸਤੇ ਜਾਣੇ ਆਪਾਂ ਹੂੰ ਹੋਣਾ ਕੱਖ ਨਹੀਂ ਤੂੰ ਕਿਹੜਾ ਪਹਾੜੋਂ ਬੱਥਰ ਲੈਂਦਾ ਸਹੀ ਕੀਤਾ ਕੀ ਗਾਲ ਕੱਢੀ ਨੁਕਸ ਕੱਢਿਆ ਨਗੋਚ ਕੱਢੀ ਤੇ ਇਹ ਟਾਣਾ ਸਾਹਿਬ ਇਹ ਬਹੁਤੇ ਪੰਜਾਬੀਆਂ ਦਾ ਸੁਭਾਅ ਬਣ ਗਿਆ ਕੱਲੇ ਪੰਜਾਬੀ ਕਿਉਂ ਆਪਾਂ ਵੇਖਦੇ ਹਰ ਪਾਸੇ ਇਹ ਹਾਲਾਤ ਨੇ ਪਰ ਜ਼ਿਆਦਾਤਰ ਲੋਕਾਂ ਦੇ ਵਿੱਚ ਨਾ ਹੁਣ ਜੇ ਫੈਕਟਰ ਜਿਹਨੂੰ ਆਪਾਂ ਜੈਲਸ ਫੈਕਟਰ ਕਹਿੰਦੇ ਆ ਉਹ ਆ ਚੁੱਕਿਆ ਕਿਉਂਕਿ ਜਿਹੜਾ ਕੰਮ ਸਾਡੇ ਤੋਂ ਨਹੀਂ ਹੁੰਦਾ ਜਿਹੜਾ ਕੰਮ ਅਸੀਂ ਨਹੀਂ ਕਰ ਸਕਦੇ ਜਦੋਂ ਕੋਈ ਹੋਰ ਕਰਕੇ ਉਹਦੀ ਪ੍ਰਸ਼ੰਸਾ ਹੁੰਦੀ ਹੈ ਤੇ ਸਾਡੇ ਤੋਂ ਜਲ ਨਹੀਂ ਹੁੰਦੀ ਹਾਂ ਹਾਂ ਲੈ ਇਹਦੀ ਪ੍ਰਸ਼ੰਸਾ ਕਿਵੇਂ ਹੋ ਗਈ ਇਹ ਕਿਵੇਂ ਅੱਗੇ ਨਿਕਲ ਗਿਆ ਸਾਨੂੰ ਨਾ ਸੁਨੇਹਾ ਭੇਜਣਗੇ ਪੰਜਾਬ ਲਈ ਵੀ ਕੁਝ ਕਰੋ ਹੁਣ ਅਸੀਂ ਝਾਰਖੰਡ ਲਈ ਬੋਲਦੇ ਆਂ ਫੇਰ ਬਹੁਤੀ ਵਾਰ ਕਹਿਣਗੇ ਵੀ ਪੰਜਾਬ ਦੀ ਗੱਲ ਤੁਸੀਂ ਕਰਦੇ ਨਹੀਂਗੇ ਹੂੰ ਤੁਸੀਂ ਪੂਰਾ ਪ੍ਰੋਗਰਾਮ ਜੇਕਰ ਸੁਣੋਗੇ ਤਾਂ ਇਹਦੇ ਵਿੱਚੋਂ 80% ਦੇ 70% ਦੀ ਗੱਲਾਂ ਹੀ ਪੰਜਾਬ ਦੀਆਂ ਹੋਣਗੀਆਂ ਮੈਨੂੰ ਤਾਂ ਆਪ ਨਹੀਂ ਕਰਨਾਟਕ ਬਾਰੇ ਪੂਰੀ ਤਰ੍ਹਾਂ ਪਤਾ ਆਂਧਰਾ ਪ੍ਰਦੇਸ਼ ਬਾਰੇ ਅਸੀਂ ਬਹੁਤ ਘੱਟ ਗੱਲ ਕਰਦੇ ਆ ਕਿਉਂਕਿ ਸਾਨੂੰ ਪਤਾ ਹੀ ਨਹੀਂ ਸਾਨੂੰ ਤਾਂ ਪੰਜਾਬ ਬਾਰੇ ਪਤਾ ਹੂੰ ਪਰ ਕਿਉਂਕਿ ਅਸੀਂ ਪੂਰੀ ਗੱਲ ਕਦੇ ਕਿਸੇ ਦੀ ਸੁਣੀ ਹੀ ਨਹੀਂ ਇਸ ਕਰਕੇ ਖੈਰ ਕਿਸਾਨ ਜਜ਼ਬੇ ਦੇ ਵਿੱਚ ਆ ਜੀ ਚੜ੍ਹਦੀ ਕਲਾ ਦੇ ਵਿੱਚ ਆ ਜਿੰਦਾਬਾਦ ਆ ਹੂੰ ਪਰ ਲੰਘੇ ਕੱਲ ਉਗਰਾਹਾ ਸਾਹਿਬ ਤੇ ਪੰਦੇਰ ਸਾਹਿਬ ਦੀ ਗੱਲ ਫੇਰ ਸਾਹਮਣੇ ਆਈਏ ਤੂੰ ਤੂੰ ਮੈਂ ਮੈਂ ਵੜੀ ਉਗਰਾਹਾਂ ਸਾਹਿਬ ਨੇ ਗੱਲ ਕਹੀ ਆ ਕਿ ਭਾਈ ਸਾਨੂੰ ਜਦੋਂ ਨਾਲ ਲੈ ਕੇ ਤੁਰਿਆ ਨਹੀਂ ਸੀ ਗਿਆ ਪੁੱਛਿਆ ਨਹੀਂ ਸੀ ਗਿਆ ਦੱਸਿਆ ਨਹੀਂ ਸੀ ਗਿਆ ਫਿਰ ਅਸੀਂ ਨਾਲ ਕਿਵੇਂ ਤੁਰ ਪੈਂਦੇ ਉਹਨਾਂ ਨੇ ਪੰਦੇਰ ਸਾਹਿਬ ਨੇ ਗੱਲ ਕਹੀ ਆ ਕਿ ਅਸੀਂ ਵਾਰ-ਵਾਰ ਗੱਲ ਕੀਤੀ ਸੀ ਪਰ ਨਾਲ ਕੋਈ ਨਹੀਂ ਤੁਰਿਆ ਹੁਣ ਉਗਰਾਹਾਂ ਸਾਹਿਬ ਨੇ ਗੱਲ ਕਹੀ ਆ ਕਿ ਭਾਈ ਪੰਦੇਰ ਹੋਰੀਆਂ ਜਿਹੜੇ ਜਾਂ ਕੁਝ ਕੋਹ ਹੋਰ ਜਿਹੜੇ ਸਾਥੀ ਆ ਉਹ ਕੇਂਦਰ ਦੇ ਜਾਲ ਦੇ ਵਿੱਚ ਫਸ ਗਏ ਆ ਤੇ ਉਹਨਾਂ ਦੇ ਵੱਲੋਂ ਜਥੇਬੰਦੀਆਂ ਨੂੰ ਸੰਯੁਕਤ ਕਿਸਾਨ ਮੋਰਚੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਦੇਖੋ ਉਗਰਾਹਾਂ ਸਾਹਿਬ ਬਹੁਤ ਸਤਕਾਰਯੋਗ ਆ ਪੰਦੇਰ ਸਾਹਿਬ ਦਾ ਵੀ ਸਤਿਕਾਰ ਸਭ ਦਾ ਹੀ ਸਤਿਕਾਰ ਡੱਲੇਵਾਲ ਸਾਹਿਬ ਦਾ ਵੀ ਸਤਿਕਾਰ ਰਾਜੇਵਾਲ ਸਾਹਿਬ ਵੀ ਵੀ ਆਪਾਂ ਸਾਰਿਆਂ ਨੂੰ ਇੱਕ ਹੋਣਾ ਹੀ ਪੈਣਾ ਹੂੰ ਉਹਨਾਂ ਨੇ ਇਹ ਗੱਲ ਕਈ ਵੀ 6 ਮੈਂਬਰੀ ਕਮੇਟੀ ਬਣਾਈ ਉਹ ਗੁਰਾਂ ਸਿੰਘ ਸਾਹਿਬ ਨੇ ਕਿਹਾ ਉਹ ਕਹਿੰਦੇ ਕਿ ਇਕਮੈਵੀ ਹੈ ਰਾਜੇਵਾਲ ਸਾਹਿਬ ਵੀ ਆ ਦਰਸ਼ਨਪਾਲ ਜੀ ਵੀ ਆ ਹੋਰ ਵੀ ਆ ਉਹ ਕਹਿੰਦੇ ਵੀ ਗੱਲ ਕੀਤੀ ਸੀਗੀ ਪੰਦੇਰ ਹੋਰਾਂ ਦੇ ਨਾਲ ਵੀ ਜਿਹੜੀਆਂ ਮੰਗਾ ਤੁਸੀਂ ਮੁੱਖ ਰੱਖੀਆਂ ਇਹ ਬਹੁਤ ਵੱਡੀਆਂ ਗੱਲਾਂ ਇਹਦੇ ਲਈ ਇਕੱਠੇ ਹੋ ਕੇ ਹਮਲਾ ਮਾਰਨਾ ਪੈਣਾ ਸਹੀ ਉਹ ਕਹਿੰਦੇ ਵੀ ਹਮਲਾ ਤਾਂ ਇਕੱਠੇ ਹੋ ਕੇ ਮਾਰਨਾ ਪੈਣਾ ਆਜੋ ਇਕੱਠੇ ਹੋ ਕੇ ਹੀ ਹਮਲਾ ਮਾਰਿਆ ਕਰੀਏ ਇਕੱਲੇ ਇਕੱਲੇ ਨੂੰ ਆਪਾਂ ਨੂੰ ਕਿਸੇ ਨੇ ਵੇਰਾ ਵਟੇ ਪ ਅਸੀਂ ਬਹੁਤ ਸਾਰੇ ਕੌੜੇ ਤਜਰਬੇ ਹੰਡਾ ਵੀ ਲਏ ਆ ਸਾਰੇ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਮੰਗਾ ਸਾਰੀਆਂ ਮੰਨੀਆਂ ਜਾਣ ਇਹਦੀ ਇੱਛਾ ਪਾਲਦੇ ਆ ਜੀ ਬਿਲਕੁਲ ਟਾਣਾ ਸਾਹਿਬ ਮੈਂ ਤੁਹਾਨੂੰ ਦੱਸਦੀ ਆ ਕੱਲ ਦੋ ਵੀਰ ਮਿਲੇ ਉਹ ਇੱਕ ਅਮਰੀਕਾ ਤੋਂ ਆਏ ਹੋਏ ਸੀ ਇੱਕ ਕੈਨੇਡਾ ਤੋਂ ਆਏ ਹੋਏ ਸੀ ਤੇ ਉਹਨਾਂ ਨੇ ਇਹ ਗੱਲ ਕਿਹਾ ਵੀ ਪੰਜ ਜੀ ਕੀ ਬਣੂਗਾ ਕਿਸਾਨੀ ਸੰਘਰਸ਼ ਦਾ ਮੈਂ ਕਿਹਾ ਜੀ ਵੀ ਲੱਗੇ ਹੋਏ ਨੇ ਵੇਖੋ ਆਪਾਂ ਤਾਂ ਚੰਗੇ ਦੀ ਆਸ ਕਰਦੇ ਆਂ ਵੀ ਇਸ ਮਸਲੇ ਦਾ ਹੱਲ ਹੋਣਾ ਚਾਹੀਦਾ ਹੈ ਨਾ ਉਹ ਕਹਿੰਦੇ ਜੀ ਪਰ ਕਿਸਾਨ ਦੋ ਫਾੜ ਨੇ ਜੱਥੇਬੰਦੀਆਂ ਦੋ ਫਾੜ ਨੇ ਤੇ ਲੋਕ ਜਿਹੜੇ ਇਹਦੇ ਕਰਕੇ ਦੁਚਿੱਤੀ ਚ ਨੇ ਸੋ ਮੇਰੇ ਜ਼ਿਹਨ 'ਚ ਇਹ ਗੱਲ ਆਈ ਟਾਣਾ ਸਾਹਿਬ ਜੀ ਅਮਰੀਕਾ ਕੈਨੇਡਾ ਤੱਕ ਸਾਰੇ ਇਹ ਗੱਲ ਸੋਚ ਰਹੇ ਨੇ ਜਿੱਦੇ ਜਿੱਦੇ ਨਾਲ ਕਿਸਾਨੀ ਸੰਘਰਸ਼ ਦੀ ਗੱਲ ਕਰਦੇ ਆ ਹਰ ਇੱਕ ਬੰਦੇ ਦੇ ਮੂੰਹੋਂ ਇਹ ਗੱਲ ਨਿਕਲਦੀ ਹੈ ਵੀ ਇਹ ਫੁੱਟ ਜਿਹੜੀ ਖਤਮ ਹੋਣੀ ਚਾਹੀਦੀ ਹੈ ਤੇ ਫਿਰ ਕਿਸਾਨ ਜੱਥੇਬੰਦੀਆਂ ਨੂੰ ਵੀ ਇਹਦੇ ਬਾਰੇ 'ਚ ਵਿਚਾਰ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਜੇ ਇਕੱਠੇ ਹੋਵੋਗੇ ਤਾਂ ਲੋਕ ਮਗਰ ਤੁਰਨਗੇ ਨਾ ਜੇ ਆਪਾਂ ਜੱਥੇਬੰਦੀਆਂ ਦੇ ਵਿੱਚ ਵੰਡੇ ਗਏ ਜੇ ਆਪਾਂ ਗੁੱਸੇ ਗਲੇ ਹੀ ਨਾ ਮਟਾਏ ਤੇ ਫਿਰ ਲੋਕ ਤੁਹਾਡੇ ਨਾਲ ਨਹੀਂ ਡੱਜਦਾ ਮੀਚਾ ਹਰਮਨਜੀਤ ਜਰੂਰ ਤੱਕ ਇਹ ਪ੍ਰੋਗਰਾਮ ਅਸੀਂ ਕਰ ਰਹੇ ਆ ਜੀ ਪੋਸਟ ਮਾਰਟ ਬਾ ਜਿਹੜਾ ਲੰਗੀ ਰਾਤ ਤੱਕ ਹੋ ਚੁੱਕਿਆ ਸ਼ੁਭ ਕਰਨ ਦਾ ਤੇ ਅਣਪਛਾਤੇਆਂ ਦੇ ਉੱਤੇ ਪੁਲਿਸ ਨੇ ਪਰਚਾ ਦਰਜ ਕਰ ਲਿਆ ਤੇ ਸ਼ੁਭ ਕਰਨ ਦੀ ਭੈਣ ਨੂੰ ਪੁਲਿਸ ਵਿਭਾਗ ਦੇ ਵਿੱਚ ਕਾਂਸਟੇਬਲ ਦੀ ਨੌਕਰੀ ਦਿੱਤੀ ਜਾਊਗੀ ਇਹ ਅਧਿਕਾਰੀਆਂ ਨੇ ਗੱਲ ਕਹਤੀ ਆ ਤੇ ਸ਼ੁਭ ਕਰਨ ਦਾ ਅੱਜ ਸਸਕਾਰ ਹੋ ਜਾਣਾ ਹਮ ਪਰ ਸਵਾਲ ਇਹ ਪੈਦਾ ਹੁੰਦਾ ਹੋਰ ਕਿੰਨੇ ਸ਼ੁਭ ਕਰਨ ਕਿੰਨੇ ਹੋਰ ਸ਼ੁਭ ਕਰਨ ਰਾਜਨੀਤਿਕ ਲੋਕਾਂ ਦੀਆਂ ਕਹਾਨੀਆਂ ਦੇ ਕਰਕੇ ਜਾਣਗੇ ਕਿੰਨੀ ਹੋਰ ਸ਼ੁਭ ਕਰਨ ਦੇ ਜਿਹੜੇ ਮਰਤਕ ਦੇ ਆ ਸਰੀਰ ਆ ਜਿਹੜੇ ਉਹ ਮੋਰਚਰੀ ਦੇ ਵਿੱਚ ਪਏ ਰਹਿਣਗੇ ਕਿੰਨੀ ਦੇਰ ਤੱਕ ਉਹਨਾਂ ਦੇ ਪੋਸਟਮਾਰਟਮ ਦੇ ਉੱਤੇ ਰਾਜਨੀਤੀ ਹੁੰਦੀ ਰਹੂਗੀ ਕਿੰਨੀ ਦੇਰ ਤੱਕ ਸਸਕਾਰ ਕਰਗੇ ਨਾ ਕਰਗੇ ਇਹਦੇ ਲਈ ਰਾਜਨੀਤਿਕ ਲੋਕ ਤਕੜਬ ਲੜਾਉਂਦੇ ਰਹਿਣਗੇ ਇਹਨਾਂ ਨੂੰ ਐ ਕਰਦਗੇ ਤਾਂ ਐ ਗੱਲ ਬਣ ਜੂ ਐ ਕਰਦਗੇ ਤਾਂ ਐ ਗੱਲ ਬਣ ਜੂ ਮਾਫ ਕਰਨਾ ਸਿਆਣੇ ਇਹ ਗੱਲ ਕਹਿੰਦੇ ਆ ਇੱਕ ਘਰ ਡੈਣ ਵੀ ਛੱਡ ਦਿੰਦੀ ਆ ਕੁਝ ਕ ਰਾਜਨੀਤਿਕ ਲੋਕ ਸਾਡੇ ਦੇਸ਼ ਦੇ ਉਸ ਡੈਂਡੂ ਵੀ ਪਿੱਛੇ ਛੱਟ ਗਈ। ਕੁੱਝਕ ਜਿਨ੍ਹਾਂ ਨੇ ਹਰ ਗੱਲ ਦੇ ਉੱਤੇ ਕੋਈ ਨਾ ਕੋਈ ਤਿੱਕੜਮ ਲੜਾਇਆ। ਜਿਨ੍ਹਾਂ ਨੇ ਹਰ ਗੱਲ ਦੇ ਉੱਤੇ ਰਾਜਨੀਤੀ ਕੀਤੀ ਆ ਤੇ ਸ਼ੁਭਕਰਨਾਂ ਦੇ ਮੋਢੇ ਵਰਤੇ ਆ। ਸ਼ੁਭਕਰਨਾਂ ਦੀ ਡੈੱਡ ਬੌਡੀ ਵਰਤੀ ਆ। ਸ਼ੁਭਕਰਨਾਂ ਦਾ ਸਰਕਾਰ ਵਰਤਿਆ। ਸ਼ੁਭਕਰਨਾਂ ਦਾ ਪੋਸਟਮਾਰਟਮ ਵਰਤਿਆ। ਆਜੋ ਆਪਾਂ ਇੱਕ ਘਰ ਛੱਡ ਦਿੱਗੇ। ਜੇਕਰ ਖੜੇ ਆ ਕਿਸੇ ਨਾਲ ਤਾਂ ਦਿਲੀ ਤੌਰ ਤੇ ਖੜੀਗੇ। ਜੇ ਅੱਜ ਸਾਨੂੰ ਸ਼ੁਭ ਕਰਨੀ ਚਾਹਤੇ ਆਉਂਦਾ ਬੋਤੰਗੀ ਗੱਲਾਂ ਚ ਇੱਤੇ ਆਉਣਾ ਚਾਹੀਦਾ ਇਹ ਸਦਾ ਹੀ ਚੇਤੇ ਰਵੇ ਸਾਡਾ ਚੇਤੇ ਰਵੇ ਪਰ ਕੀ 2 ਮਹੀਨੇ ਬਾਅਦ ਵੀ ਤੁਸੀਂ ਜਾਇਆ ਕਰੋਗੇ ਘਰ ਦੇ ਵਿੱਚ ਜੇ ਉਹਨਾਂ ਦੇ ਘਰ ਦੇ ਵਿੱਚ ਪੀਪੇ ਚ ਆਟਾ ਨਹੀਂ ਹੋਊਗਾ ਪਵਾਇਆ ਕਰੋਗੇ ਪੁੱਛਿਆ ਕਰੋਗੇ ਵੀ ਭਾਈ ਸਾਹਿਬ ਕੁਝ ਠੀਕ ਠਾਕ ਆ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਛੱਤ ਪੱਕੀ ਕਰਨੀ ਜ਼ਰੂਰਤ ਹੈ ਜਿਹੜੇ ਸ਼ੁਭਕਰਨ ਪਿਛਲੇ ਕਿਸਾਨ ਅੰਦੋਲਨ ਦੇ ਵਿੱਚ ਗਏ ਆ ਉਹ ਉਮਰ ਦੇ ਕਿਸੇ ਵੀ ਮੋੜ ਵਾਲੇ ਹੋ ਸਕਦੇ ਆ ਤੁਸੀਂ ਉਹਨਾਂ ਦੇ ਵਿੱਚੋਂ ਕਿੰਨਿਆਂ ਦੇ ਘਰ ਗਏ ਆ ਸਹੀ ਆਪਦੀ ਜੇਬ ਦੇ ਵਿੱਚੋਂ ਦਵਾਨੀ ਇੱਕ ਨਿੱਤੀ ਹੋਵੇ ਕਿਸੇ ਨੂੰ ਇਹਦਾ ਬੇਰਵਾਹਿਕ ਦਨਕ ਦੇ ਪੇਸ਼ ਕਰਦਿਆ ਕਰੋ ਵੀ ਭਾਈ ਦੇਖੋ ਮੈਂ ਆ ਕੀਤਾ ਲੋਕਾਂ ਨੂੰ ਪਤਾ ਨਹੀਂ ਲੱਗਿਆ ਜੀ ਬਹੁਤ ਸਾਰੇ ਨੌਜਵਾਨ ਨੇ ਟਾਣਾ ਸਾਹਿਬ ਜਿਨ੍ਹਾਂ ਨੂੰ ਉਦੋਂ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਉਸ ਵੇਲੇ ਬਹੁਤ ਕੁਝ ਚੱਲਣਾ ਪਿਆ ਪਰ ਉਹਨਾਂ ਚੋਂ ਕਿੰਨੇ ਆਖਦਾ ਹਾਲ ਪੁੱਛ ਲਿਆ ਜਾ ਕੇ ਹੋਰ ਤਾਂ ਹੋਰ ਦੂਰ ਕੀ ਜਾਣਾ ਪ੍ਰਤਪਾਲ ਸਿੰਘ ਦੀ ਗੱਲ ਹਰ ਰੋਜ਼ ਹੁੰਦੀ ਹੈ ਕਿਸਾਨ ਦੀ ਤੇ ਆਪਾਂ ਉਹਦੀ ਉਹ ਗੱਲ ਕਰ ਲਈ ਉਹਦੇ ਉਹਦੇ ਉੱਤੇ ਰਾਜਨੀਤੀ ਨਹੀਂ ਹੋ ਰਹੀ ਕੋਈ ਕਹਿੰਦਾ ਕੋਈ ਕਹਿੰਦਾ ਕੋਈ ਕਹਿੰਦਾ ਜੀ ਇਹ ਸਾਡੀ ਹੱਦ ਚ ਸੀ ਕੋਈ ਕਹਿੰਦਾ ਸਾਡੀ ਹੱਦ ਚ ਕੋਈ ਕੁਛ ਨਹੀਂ ਜਾਂਦਾ ਅਸੀਂ ਇਹਨੂੰ ਹਸਪਤਾਲ ਚ ਭਰਤੀ ਕਰਾਇਆ ਦੂਜੇ ਕਹਿੰਦੇ ਨਹੀਂ ਅਸੀਂ ਕਰਾਇਆ ਵੀ ਕਿਹੋ ਕਿਹੋ ਜੀਆਂ ਗੱਲਾਂ ਹੋਣ ਲੱਗੀਆਂ ਵੀ ਘੱਟੋ ਘੱਟ ਥੋੜਾ ਜਿਹਾ ਤਾਂ ਵਿਚਾਰ ਲਓ ਕੋਈ ਬੰਦਾ ਇਸ ਵੇਲੇ ਮੰਜੇ ਦੇ ਉੱਪਰ ਪੈ ਗਿਆ ਉਹਨੂੰ ਇੰਨੀਆਂ ਸੱਟਾਂ ਲੱਗੀਆਂ ਦਾ ਜਵਾੜਾ ਤੱਕ ਤੁਸੀਂ ਇੰਨੀਆਂ ਥਾਵਾਂ ਤੋਂ ਤੋੜ ਦਿੱਤਾ ਔਰ ਫਿਰ ਵੀ ਤੁਸੀਂ ਉਸ ਗੱਲ ਨੂੰ ਮੰਨ ਕੇ ਰਾਜ਼ੀ ਨਹੀਂ ਤੁਸੀਂ ਕਹਿੰਦੇ ਸਭ ਤਾਂ ਡਿਗਿਆ ਪਿਆ ਲੱਭਿਆ ਸੀ ਤਾਂ ਅਸੀਂ ਚੱਕ ਕੇ ਹਸਪਤਾਲ ਭਰਤੀ ਕਰਾ ਦਿੱਤਾ ਇਹ ਥੋੜਾ ਜਿਹਾ ਤਾਂ ਵਿਚਾਰ ਲਓ ਤੁਸੀਂ ਘੱਟੋ ਘੱਟ ਆਪਣੇ ਵੋਟਰ ਸਮਝ ਕੇ ਇਹਨਾਂ ਦੇ ਨਾਲ ਥੋੜਾ ਜਿਹਾ ਮਨੁੱਖੀਵਤੀਰਾ ਕਰ ਲਓ ਹਰਿਆਣਾ ਦੀ ਪੁਲਿਸ ਦੇ ਨਾਲ ਵਿਦੇਸ਼ ਵਿਭਾਗ ਨੂੰ ਐਮਬੈਸੀਆਂ ਨੂੰ ਗ੍ਰਹਿ ਵਿਭਾਗ ਨੂੰ ਚਿੱਠੀਆਂ ਲਿਖੀਆਂ ਉਹ ਕਹਿੰਦੇ ਵੀ ਜਿਹੜੇ ਕਿਸਾਨ ਅੰਦੋਲਣਕਾਰੀ ਆ ਜਿਹੜੇ ਕਿ ਡਰੋਨ ਉਡਤਦੇ ਆ ਜਿਹੜੇ ਸੀਸੀਟੀਵੀ ਕੈਮਰੇ ਭੰਦੇ ਆ ਜਿਹੜੇ ਲਾਠੀਚਾਰ ਦਾ ਜਵਾਬ ਦਿੰਦੇ ਆ ਜਿਹੜੇ ਰਾਹ ਰੋਕਦੇ ਆ ਇਹਨਾਂ ਦੇ ਵੀਜ਼ੇ ਤੇ ਪਾਸਪੋਰਟ ਰੱਦ ਕਰਵਾਏ ਜਾਣਗੇ ਅੱਛਾ ਜੀ ਉਹ ਕਹਿੰਦੇ ਜਿਹੜੇ ਪੰਜਾਬ ਵਾਲੇ ਕਿਸਾਨ ਵੀ ਆ ਇਹਨਾਂ ਦੀਆਂ ਵੀ ਕਹਿੰਦੇ ਅਸੀਂ ਵੀਡੀਓ ਫੁਟੇਜ ਆ ਜਿਹੜੀਆਂ ਉਹਦੇ ਵਿੱਚੋਂ ਕਿਸਾਨਾਂ ਦੇ ਚਿਹਰੇ ਪਛਾਣ ਰਹੇ ਆ ਚਲੋ ਇਹ ਤੁਸੀਂ ਕਰ ਰਹੇ ਹੋ ਪਰ ਜਿਨ੍ਹਾਂ ਨੇ ਸ਼ੂਬ ਕਰਨ ਦੇ ਗੋਲੀਬਾਰੀ ਸਿ ਸਫੈਦਾਂ ਵਾਲੇ ਜਾ ਕੇ ਉਹ ਤੁਹਾਨੂੰ ਅਜੇ ਤੇ ਨਹੀਂ ਪਛਾਣਦਾ ਉਹਦੇ ਜਿਹੜੇ ਹਲਮਟ ਪਾਇਆ ਹੋਇਆ ਤੇ ਉਹਦਾ ਚਿਹਰਾ ਪਛਾਣ ਕੇ ਪਹਿਲਾਂ ਉਹਦੇ ਤੇ ਕਾਰਵਾਈ ਕਿਉਂ ਨਹੀਂ ਕਰਦੇਗੇ ਵੀ ਭਾਈ ਬੰਦਾ ਮਾਰਨ ਦਾ ਅਧਿਕਾਰ ਕਿਹਨੇ ਤੁਸੀਂ ਰੋਕਣ ਦਾ ਅਧਿਕਾਰ ਚਲੋ ਤੁਹਾਨੂੰ ਸਰਕਾਰ ਨੇ ਦਿੱਤਾ ਹੂੰ ਬੰਦਾ ਮਾਰਨ ਦਾ ਕਿਹਨੇ ਦਿੱਤਾ ਸੀ ਨਾਲੇ ਦੂਜੀ ਗੱਲ ਇਹ ਟਣਾ ਸਭ ਮਾਫ ਕਰਨਾ ਇਹ ਗੱਲ ਕੋੜੀ ਹੈ ਜਦੋਂ ਕੋਈ ਰਾਜਨੀਤਿਕ ਪਾਰਟੀ ਵਾਲੇ ਧਰਨੇ ਲਾਉਂਦੇ ਨੇ ਉਹਨਾਂ ਚੋਂ ਕਿੰਨਿਆਂ ਦੇ ਪਾਸਪੋਰਟ ਰੱਦ ਕਰਕੇ ਵੀਜ਼ਾ ਰੱਦ ਕਰਾਉਨੇ ਹੋ ਤੁਸੀਂ ਉਹ ਧਰਨਾ ਲਾਉਣ ਉਹ ਉੱਥੇ ਇਕੱਠੇ ਹੋ ਕੇ ਸੜਕਾਂ ਜਾਮ ਕਰਨ ਉੱਥੇ ਬੈਠਣ ਉਹਦੇ 'ਚ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆ ਕਿਸੇ ਲਈ ਤੇ ਵੈਸੇ ਵੀ ਜੇਕਰ ਦੂਜੀਆਂ ਪਾਰਟੀਆਂ ਦੇ ਬੰਦੇ ਤੋੜ ਕੇ ਇੱਕ ਆਪਦੀ ਪਾਰਟੀ 'ਚ ਲੈ ਜਾਣਾ ਤੇ ਭਾਈ ਇਹ ਵੀ ਤਾਂ ਦੇਸ਼ ਦਾ ਇੱਕ ਬਹੁਤ ਵੱਡਾ ਨੁਕਸਾਨ ਹੀ ਆ ਤੁਸੀਂ ਵੀ ਤਾਂ ਲੋਕਾਂ ਨਾਲ ਧੋਖਾ ਮਾਰ ਰਹੇ ਹੋ ਤੁਸੀਂ ਵੀ ਤਾਂ ਲੋਕੀ ਜਿਨ੍ਹਾਂ ਨੇ ਤੁਹਾਡੇ ਤੇ ਵਿਸ਼ਵਾਸ ਕਰਕੇ ਵੋਟਾਂ ਪਾਈਆਂ ਸੀ ਉਹ ਜਦੋਂ ਤੁਸੀਂ ਪਾਰਟੀਆਂ ਛੱਡ ਛੱਡ ਕੇ ਕੋਈ ਇੱਧਰ ਚੱਲ ਗਿਆ ਕੋਈ ਉੱਧਰ ਚੱਲ ਗਿਆ ਉਹ ਤੁਸੀਂ ਉਹਨਾਂ ਨਾਲ ਧੋਖਾ ਨਹੀਂ ਕਰ ਰਹੇ ਉਦੋਂ ਕਿੰਨੀ ਕਵਾਰ ਕਹਿੰਨੇ ਵੀ ਸਾਡਾ ਪਾਸਪੋਰਟ ਜ਼ਬਤ ਕਰ ਲਓ ਬਈ ਅਸੀਂ ਕਿਤੇ ਵੀ ਬਾਹਰ ਨਹੀਂ ਜਾਵਾਂਗੇ ਅਸੀਂ ਲੋਕਾਂ ਨਾਲ ਧੋਖਾ ਕੀਤਾ ਜੇ ਤਾਂ ਆਪ ਧਰਨਾ ਲਾਓ ਤਾਂ ਕਹਿਣਗੇ ਅਸੀਂ ਗੇਮ ਚੇਂਜਰ ਹਾਂ ਹਾਂ ਤੇ ਜੇ ਦੂਜੇ ਧਰਨਾ ਲਾਉਣ ਤਾਂ ਕਹਿਣਗੇ ਜੀ ਇਹ ਹੁੱਲੜਵਾਜ਼ ਆ ਭਾਈ ਇਦਾਂ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਫਿਰ ਤੁਸੀਂ ਨਾਮ ਵੀ ਦਿਨੇ ਹੋ ਅੰਦੋਲਨ ਜੀਵ ਤੇ ਕਦੀ ਅੰਦੋਲਨਕਾਰੀ ਕਦੀ ਕੋਸ਼ਕਾ ਦੇ ਕੋਸ਼ਕਾ ਦੇ ਕੁਝ ਜੋ ਤੁਸੀਂ ਆਪ ਕਰੋ ਵੀ ਤੱਕੜੇ ਦਾ ਸੱਤੀ ਵੀ ਹੀ ਸੋਅ ਹੈ ਵੀ ਜੋ ਤੁਸੀਂ ਆਪ ਕਰੋ ਉਹ ਬਿਲਕੁਲ ਸਹੀ ਹੈ ਜੇਕਰ ਕੋਈ ਦੂਜਾ ਆਪਣੀ ਆਵਾਜ਼ ਚੁੱਕਦਾ ਤੇ ਉਹਨੂੰ ਦਬਾਉਣ ਦੇ ਆਹਾ ਤਰੀਕੇ ਤੁਸੀਂ ਲੱਭ ਲੈਣੇ ਬਿਲਕੁਲ ਜੀ ਆ ਵੀ ਹਾਜ਼ਰ ਹੈ ਚੰਚੀ ਦਾ ਵਿਚਾਰ ਲੋ ਜੀ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਮੈਂ ਹਸਵਰਨ ਸਿੰਘ ਟਹਿਣਾ ਤੇ ਨਾਲ ਨੇ ਹਰਮਨ ਸਿੰਘ ਜੀ ਜੀ ਹੋਰ ਛੜਾਓ ਜ਼ਿੰਦਗੀ ਕਿਵੇਂ ਗੁਜ਼ਾਰਾ ਨਾ ਪੂਰੀ ਜ਼ਿੰਦਗੀ ਗੁਜ਼ਾਰਾ ਟਹਿਣਾ ਸਾਹਿਬ ਚੱਲੀ ਆ ਰਹੀ ਹੈ ਭੱਜੀ ਜਾ ਰਹੀ ਹੈ ਢੱਠੀ ਜਾ ਰਹੀ ਹੈ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਵੈਸੇ ਕਰੇ ਕਦੇ ਤੁਸੀਂ ਅਹਿਸਾਸ ਕਰਦੇ ਹੋ ਵੀ ਭਾਈ ਦਿਨ ਕਿਹੜੇ ਵੇਲੇ ਨਿਕਲ ਗਿਆ ਹੂੰ ਤੇ ਹਫਤਾ ਕਿਹੜੇ ਵੇਲੇ ਨਿਕਲ ਗਿਆ ਹੂੰ ਮਹੀਨਾ ਕਿਹੜੇ ਵੇਲੇ ਨਿਕਲ ਗਿਆ ਤੇ ਬਹਾਰਾ ਕਿਹੜੇ ਵੇਲੇ ਨਿਕਲ ਗਿਆ ਪਤਾ ਨਹੀਂ ਲੱਗਦਾ ਨੇ ਮੈਂ ਬਹੁਤ ਵਾਰ ਇਸ ਗੱਲ ਦਾ ਅਹਿਸਾਸ ਕਰਦੀ ਆ ਟਣਾ ਸਾਹਿਬ ਵੀ ਜ਼ਿੰਦਗੀ ਦੇ ਇੰਨੇ ਵਰੇ ਕਿਵੇਂ ਨਿਕਲ ਗਏ ਹੀ ਨਹੀਂ ਪਤਾ ਲੱਗਿਆ ਕਿਵੇਂ ਤੁਸੀਂ ਵੇਖੋ ਵੀ ਇਹ ਨਵਾਂ ਸਾਲ ਨਵਾਂ ਸਾਲ ਹਲੇ ਕੱਲ ਦੀ ਗੱਲ ਆ ਤੇ 2 ਮਹੀਨੇ ਉਹ ਵੀ ਨਿਕਲ ਗਏ ਤੇ ਪਤਾ ਹੀ ਕਿਹੜੀ 10 ਮਹੀਨੇ ਰਹਿ ਗਏ ਇਸ ਵਰੇ ਦੇ ਵੀ ਤੇ ਕਿਹੜੀ ਰਫਤਾਰ ਦੇ ਨਾਲ ਜ਼ਿੰਦਗੀ ਚੱਲ ਰਹੀ ਹੈ ਮੈਨੂੰ ਤਾਂ ਇਹ ਹੋਣ ਲੱਗਣ ਲੱਗ ਗਿਆ ਸ਼ਾਇਦ ਪਤਾ ਨਹੀਂ ਵੀ ਪਿਛਲੇ ਦਸਾਂ ਕਸਾਲਾਂ ਤੋਂ ਨਾ ਬਹੁਤ ਤੇਜ਼ ਹੋ ਗਿਆ ਸਮਾਂ ਵੀ ਜਾਂ ਤਾਂ ਉਸ ਤੋਂ ਪਹਿਲਾਂ ਅਣਪੋਲ ਸੀ ਸਕੂਲ 'ਚ ਪੜ੍ਹਦੇ ਸੀ ਉਦੋਂ ਕਦੇ ਇੰਨਾ ਗੌਰ ਹੀ ਨਹੀਂ ਕੀਤਾ ਸੀ ਵੀ ਦੁਨੀਆਂ 'ਚ ਕੀ ਕੁਝ ਹੋ ਰਿਹਾ ਹੈ ਜਾਂ ਕੀ ਵਾਪਰ ਰਿਹਾ ਹੈ ਸਕੂਲ ਜਾਣਾ ਘਰੇ ਆਉਣਾ ਸਕੂਲ ਜਾਣਾ ਘਰੇ ਆਉਣਾ ਬਸ ਇੰਨੀ ਜ਼ਿੰਦਗੀ ਸੀ ਹੈਨਾ ਪਰ ਉਸ ਤੋਂ ਬਾਅਦ ਜਿਵੇਂ-ਜਿਵੇਂ ਜ਼ਿੰਮੇਵਾਰੀਆਂ ਵਧੀਆਂ ਜਿਵੇਂ-ਜਿਵੇਂ ਉਮਰ ਵਧੀ ਜਿਵੇਂ-ਜਿਵੇਂ ਸਾਰਾ ਕੁਝ ਦੇਖਿਆ ਆਪ ਲੋਕਾਂ ਦੇ ਨਾਲ ਮੱਥਾ ਲਾਇਆ ਕਹ ਲਓ ਵੀ ਦੁਨੀਆਂ ਚ ਦੇਖੀ ਹੈਨਾ ਤੇਵੇਂ ਤੇਵੇਂ ਉਹ ਲੱਗਣ ਲੱਗਾ ਵੀ ਇਹ ਤਾਂ ਰਫ਼ਤਾਰ ਐਦਾਂ ਪਤਾ ਹੀ ਨਹੀਂ ਲੱਗਦਾ ਕਿ ਮੈਨੂੰ ਕਰ ਕਰ ਇਹ ਲੱਗਦਾ ਵੀ ਜਿਵੇਂ ਹੁਣ ਨਾ ਵੱਖ-ਵੱਖ ਥਾਵਾਂ ਦੇ ਉੱਤੇ ਨਸ਼ਾ ਛਡਾਊ ਕੇਂਦਰ ਬਣੇ ਚਿੱਟਾ ਛਡਾਉਣ ਦਾ ਕੇਂਦਰ ਧਾਰੂ ਛਡਾਉਣ ਦਾ ਕੇਂਦਰ ਬੀੜੀ ਛਡਾਉਣ ਦਾ ਕੇਂਦਰ ਉਵੇਂ ਆਉਂਦੇ ਸਮੇਂ ਦੇ ਵਿੱਚ ਨਾ ਮੋਬਾਈਲ ਛਡਾਉਣ ਦੇ ਕੇਂਦਰ ਬਣਨੇ ਆ ਸਹੀ ਵੀ ਮੋਬਾਈਲ ਜਕਰ ਹੋਊਗਾ ਘਰਦਿਆਂ ਨਹੀਂ ਆਪਦਾ ਨਿਆਣਾ ਜਮਾ ਕਰਵਾਇਆ ਕਰਨਾ ਜਾ ਕੇ ਵੀ ਇਹ ਭਾਈ ਮੋਬਾਈਲ ਦੇਣ ਦੇ ਵਿੱਚ 8-10 ਘੰਟੇ ਵਰਤਦਾ ਇਹਦਾ ਛਡਵਾਉਣਾ ਉਹ ਕਹਿਣਗੇ ਵੀ ਭਾਈ ਇਹਨੂੰ ਇੱਥੇ ਜਮਾ ਕਰਾਜੋ 4 ਮਹੀਨੇ ਬਾਅਦ ਲੈ ਜਿਓ ਹੂੰ ਤੇ ਇਹਦਾ ਮੋਬਾਈਲ 4 ਮਹੀਨੇ ਨੂੰ ਬਿਲਕੁਲ ਨਹੀਂ ਦੇਣਾ ਜਿਹੜੀ ਗੱਲ ਕਰਨੀ ਸਾਡੇ ਮੋਬਾਈਲ ਤੇ ਕਰ ਲੋ ਹੂੰ ਤੇ ਮੈਨੂੰ ਲੱਗਦਾ ਵੀ ਆਉਂਦੇ ਸਮੇਂ ਦੇ ਵਿੱਚ ਇਸ ਚੀਜ਼ ਦੀ ਲੋੜ ਪੈਣੀ ਆ ਟੈਣਾ ਸਾਹਿਬ ਇਹ ਗੱਲ ਪੱਕੀ ਆ ਪਤਾ ਨਹੀਂ ਆਪਾਂ ਹੋਣਾ ਨਹੀਂ ਹੋਣਾ ਕੀ ਬਣਨਾ ਪਤਾ ਨਹੀਂ ਪਰ ਇਹ ਗੱਲ 100% ਦੀ ਪੱਕੀ ਹੈ ਵੀ ਇਹੋ ਜੇ ਕੇਂਦਰ ਹੋਣਗੇ ਔਰ ਇਹਨਾਂ ਕੇਂਦਰਾਂ ਦੀ ਲੋਡ ਬਹੁਤ ਵੱਡੇ ਪੱਧਰ ਤੇ ਪਊਗੀ ਕਿਉਂਕਿ ਅੱਜ ਅਸੀਂ ਚਾਚਾ ਦੇ ਵਿੱਚ ਜਦੋਂ ਨਿਆਣਾ ਨਿੱਕਾ ਹੁੰਦਾ ਉਹਨੂੰ ਮੋਬਾਈਲ ਫੜਾ ਦਿੰਨੇ ਆ ਵੀ ਅਸੀਂ ਆਪਣੇ ਕੰਮ ਕਰਨੇ ਨੇ ਅਸੀਂ ਆਪਣਾ ਰੁੱਝੇ ਰਵਾਂਗੇ ਨਿਆਣਾ ਆਪਣਾ ਰੁੱਝਾ ਰਹੂਗਾ ਪਰ ਕਦੋਂ ਉਹ ਚੀਜ਼ ਉਸ ਬੱਚੇ ਦੀ ਪੱਕੀ ਆਦਤ ਬਣ ਜਾਂਦੀ ਹੈ ਵੀ ਉਹ ਫਿਰ ਤੁਹਾਡੀਆਂ ਗੱਲਾਂ ਵੀ ਅਣਗੋਲੀਆਂ ਕਰਨ ਲੱਗ ਜਾਂਦਾ ਉੱਚੜ-ਚੜਾ ਹੋ ਜਾਂਦਾ ਉਹਨੂੰ ਦੁਨੀਆ ਦੇ ਨਾਲ ਕੋਈ ਮਤਲਬ ਨਹੀਂ ਰਹਿ ਜਾਂਦਾ ਕਿਸੇ ਰਿਸ਼ਤੇਦਾਰੀ ਦੇ ਵਿੱਚ ਆਉਣ ਜਾਣ ਲੱਗਿਆਂ ਉਹ ਹੋਰੀ ਹੈ ਨਾ ਨੱਕ ਬੋਲੋ ਜਾਂ ਛਾੜਦਾ ਵੀ ਮੈਂ ਨਹੀਂ ਜਾਣਾ ਹੈਗਾ ਜਾਂ ਜਿੱਥ 24 ਘੰਟੇ ਉਹੀ ਵੇਖੀ ਜਾਂਦਾ ਵੀ ਬਾਕੀ ਉਹਨੂੰ ਹੈ ਹੀ ਨਹੀਂ ਕੋਈ ਲੈਣਾ ਦੇਣਾ ਇਹ ਚੀਜ਼ਾਂ ਹੌਲੀ ਹੌਲੀ ਇੱਧਰ ਨੂੰ ਹੀ ਲੈ ਕੇ ਜਾਣੀਆਂ ਵੀ ਸਾਨੂੰ ਨਸ਼ਾ ਛਡਾਊ ਕੇਂਦਰ ਦੀ ਤਰ੍ਹਾਂ ਬੱਚਿਆਂ ਨੂੰ ਸੋਸ਼ਲ ਮੀਡੀਆ ਛਡਾਊ ਕੇਂਦਰ ਵੱਲ ਨੂੰ ਮੋਬਾਈਲ ਛਡਾਊ ਕੇਂਦਰ ਵੱਲ ਨੂੰ ਭੇਜਣਾ ਪਊਗਾ ਮੈਨੂੰ ਕਦੇ ਇਸ ਗੱਲ ਤੇ ਦੁੱਖ ਹੁੰਦਾ ਵੀ ਜੋ ਨਕੇ ਨਕੇ ਬੱਚਿਆਂ ਨੂੰ ਅਸੀਂ ਚਲਾਕੀਆਂ ਆਪ ਸਿਖਾਉਨੇ ਆ ਹਾਂ ਪਾਪਾ ਮੰਨ ਲਓ ਕਿਸੇ ਬਾਹਰ ਨਹੀਂ ਲੈਣ ਗੱਲ ਕਰੀ ਜਾਂਦਾ ਉਦਾਹਰਨ ਦੇ ਤੌਰ ਤੇ ਆ ਜੀ ਕੋਲੇ ਨਿਆਣਾ ਬੈਠਾ ਉਹਨੂੰ ਹਣਪੋਲ ਨੂੰ ਕੀ ਪਤਾ ਘਰ ਵਾਲੀ ਕਿਤੇ ਦੂਰ ਆ ਹੂੰ ਫੋਨ ਕਿਸੇ ਨੂੰ ਲਾ ਕੇ ਕਹਿਣਗੇ ਤੇਰੀ ਮੰਮੀ ਉਹ ਗੱਲ ਕਰ ਲੈ ਚਾਚਾ ਕਰੂਗਾ ਤੇਰੀ ਚਾਚੀ ਨਾਲ ਗੱਲ ਕਰਾਵਾਂ ਗਾਣਾ ਗੱਲ ਕਰੀ ਤੂੰ ਕਿਉਂ ਕੀਤੀ ਤੂੰ ਕਿਉਂ ਕੀਤੀ ਆਪਾਂ ਚਲਾਕੀ ਆਪ ਕਰਦੇ ਆ ਤੇ ਸਾਡੀ ਗੱਲ ਹੀ ਉਹਦੇ ਚ ਜਾਣੀ ਤੇ ਮੁੜ ਕੇ ਜਿਆਣਾ ਵੱਡਾ ਉਹਨਾਂ ਨੇ ਕਹਿਣਗੇ ਪਤਾ ਨਹੀਂ ਕਿਦੇ ਤੇ ਗਿਆ ਤੁਹਾਡੇ ਤੇ ਹੀ ਗਿਆ ਜੋ ਤੁਸੀਂ ਸਿਖਾਇਆ ਉਹੀ ਸਾਰਾ ਕੁਝ ਸਿੱਖਿਆ ਤੁਹਾਡੇ ਤੇ ਹੀ ਗਿਆ ਕਿਸੇ ਹੋਰ ਤੇ ਨਹੀਂ ਗਿਆ ਬਿਲਕੁਲ ਖੈਰ ਗੱਲ ਇਹ ਆ ਵੀ ਭਾਈ ਇਸ ਵੇਲੇ ਨਾ ਗ੍ਰਿੰਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਨਾ ਆ ਗਿਆ ਕੋਈ ਐਡਾ ਵੱਡਾ ਪਰੌਂਠਾ ਬਣਾਇਆ ਇੱਕ ਐਡਾ ਵੱਡਾ ਹਾਂਜੀ ਕਿੰਦਾ ਵੱਡਾ ਐਡਾ ਵੱਡਾ ਪਰੌਂਠਾ ਬਣਾਇਆ ਸਾਬ ਵਾਹਾਂ ਛੋਟੀਆਂ ਨੇ ਅੱਛਾ ਇਹ ਤਾਂ ਪਰੌਂਠਾ ਬਹੁਤ ਵੱਡਾ 8 ਫੁੱਟ ਲੰਮਾ ਇਹ ਕਿਹੜਾ ਕਾਨੂੰਨ ਦੀਆਂ ਬਾਹਾਂ ਇਹ ਟਹਿਣੇ ਦੀਆਂ ਬਿਲਕੁਲ ਇਹ ਇੰਨੇ ਦਾ ਲੰਮਾ ਹੈ ਨਹੀਂ ਹਾਏ 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 ਇਹ ਟਹਿਣੇ ਦੀਆਂ ਬਾਹਾਂ ਨੇ ਇਹ ਤਾਂ ਛੋਟੀਆਂ ਹੀ ਨੇ ਇਹ ਛੋਟ ਗਈ ਨਹੀਂ ਪਰ ਇਹ ਪਰੌਂਠਾ 8 ਫੁੱਟ ਲੰਮਾ ਇਹ ਅੰਮ੍ਰਿਤਸਰ ਦੇ ਵਿੱਚ ਰੰਗਲਾ ਪੰਜਾਬ ਪ੍ਰੋਗਰਾਮ ਦੇ ਵਿੱਚ ਬਣਾਇਆ ਗਿਆ ਹੂੰ ਕਹਿੰਦੇ ਕਿ ਕਿਤੇ ਪਰੌਂਠਾ ਬਣਾਇਆ ਗਨੀਜ ਬੋਕੋ ਵਰਲਡ ਰਿਕਾਰਡ ਚ ਨਾ ਆ ਗਿਆ 4 ਫੁੱਟ ਚੌੜਾ 8 ਫੁੱਟ ਲੰਮਾ ਅੱਧਾ ਪਿੰਡ ਖਾ ਲਵੇ ਇਹਨੂੰ ਜੀ ਤੇ ਕਹਿੰਦੇ ਮੇਥੀ ਵਾਲਾ ਪਰੌਂਠਾ ਹੈ ਹਾਂ ਤੇ 10 10 10/10 ਦਾ ਜਿਹੜਾ ਤਵਾ ਉਹ ਮੰਗਵਾਇਆ ਗਿਆ ਟਾਣਾ ਸਾਬ ਉੱਚੇ ਚੇ ਤੌਰ ਦੇ ਉੱਪਰ ਕਹਿੰਦੇ ਇਹਨੂੰ ਬਣਾਉਣ ਤੋਂ ਪਹਿਲਾਂ ਬਹੁਤ ਵਾਰ ਟ੍ਰਾਈਆਂ ਵੀ ਕੀਤੀਆਂ ਗਈਆਂ ਕੋਸ਼ਿਸ਼ ਵੀ ਕੀਤੀ ਗਈ ਅਭਿਆਸ ਵੀ ਕੀਤਾ ਗਿਆ ਪਰੌਂਠਾ ਬਣਾਉਣ ਦੇ ਲਈ ਕਿੰਨੀ ਵਾਰ ਅਸਫਲਤਾ ਹੋਈ ਪਰ ਉਹ ਡਟੇ ਰਹੇ ਲੱਗੇ ਰਹੇ ਤਾਂ ਹੁਣ ਸਫਲ ਹੋ ਗਏ ਤੇ ਕਹਿੰਦੇ ਕਿ ਟਾਣਾ ਸਾਬ ਨੇ ਹੈਰਾਨ ਸੀ 22 ਕਿਲੋ ਦੇ ਵੇਲਣੇ ਮੰਗਾਏ ਗਏ ਖਾਸ ਤੌਰ ਤੇ ਉਹਨਾਂ ਦੇ ਨਾਲ ਇਹਨੂੰ ਵੇਲਿਆ ਗਿਆ ਚਲੋ ਵਧੀਆ ਗੱਲ ਹੈ ਜੀ ਚਲੋ ਇਹ ਵੀ ਇੱਕ ਪ੍ਰਾਪਤੀ ਆ ਹਰ ਬੰਦੇ ਦੇ ਆਪੋ-ਆਪਣੇ ਰਿਕਾਰਡ ਬਣਾਉਣ ਦੇ ਤਰੀਕੇ ਹੁੰਦੇ ਆ ਕਿਸੇ ਦੇ ਬਣਾਉਣ ਦੇ ਕਿਸੇ ਦੇ ਖਾਣ ਦੇ ਹੂੰ ਕਿਸੇ ਨੂੰ ਕੋਚ ਕੱਢਣ ਦੇ ਸਹੀ ਹੈ ਕਿਸੇ ਦੇ ਤੇਲ ਨਾਲ ਤਲ ਕੇ ਉੱਤੇ ਫਿਰ ਮੱਖਣ ਦੀਆਂ ਦੋ ਟਿੱਕੀਆਂ ਰੱਖ ਕੇ ਤੇ ਨਾਲ ਸੌਸ ਰੱਖ ਕੇ ਖਾਣ ਦੇ ਹੂੰ ਸਭ ਦੇ ਆਪੋ-ਆਪਣੇ ਤਰੀਕੇ ਆ ਸਾਰਿਆਂ ਦੇ ਜਿਹੜੇ ਲੋਕ ਪਰੌਂਠਾ ਵੀ ਸੌਸ ਨਾਲ ਖਾਂਦੇ ਆ ਉਹਨਾਂ ਦੇ ਆਪਣੇ ਤਰੀਕੇ ਆ ਜ਼ਰੂਰੀ ਹੈ ਘਾਣਾ ਸਭ ਕਰੋੜ-ਕਰੋੜ ਹੀ ਗੱਲ ਕਰਨ ਦੀ ਮੈਂ ਕੀ ਕਿਹਾ ਮੇ ਸਾਸ ਸਾਸ ਕੀ ਸਾਸ ਕੈਚੱਪ ਹੁੰਦੀ ਹੈ ਕੈਚੱਪ ਹੁੰਦੀ ਹੈ ਟਮਾਟਰਾਂ ਦੀ ਚਟਣੀ ਕਹਿ ਲੋ ਹਾਂ ਟਮਾਟਰਾਂ ਦੀ ਚਟਣੀ ਕਹਿ ਲਓ ਤੇ ਚੰਗੀ ਲੱਗਦੀ ਹੈ ਪਰੌਂਠੇ ਤੇ ਮੈਂ ਤੁਹਾਡਾ ਨਾਂ ਲਿਆ ਮੈਂ ਕਦੋਂ ਕਿਹਾ ਵੀ ਮੈਂ ਖਾਨੀ ਜਿਹਨੂੰ ਲੱਗਦੀ ਹੈ ਨਾ ਮੈਂ ਕਹਾਂ ਚੰਗੀ ਲੱਗਦੀ ਹੈ ਜਿਹਨੂੰ ਲੱਗਦੀ ਹੈ ਨਾ ਉਹ ਤੁਹਾਡੇ ਟਿੱਪਣੀ ਕਰੂ ਹਾਂ ਜ਼ਰੂਰ ਦੱਸਿਓ ਪਰ ਗੱਲ ਇਹ ਵੀ ਭਾਈ ਇਹਨਾਂ ਨੇ ਇੱਕ ਰਿਕਾਰਡ ਬਣਾਇਆ ਪਰ ਉਦਾਂ ਮੇਰੀ ਬੇਨਤੀ ਹੈ ਵੀ ਪਰੌਠਾ ਘੱਟ ਖਾਇਆ ਕਰੋ ਹੂੰ ਇਹ ਬਾਅਦ ਵਿੱਚ ਕਹਿੰਦੇ ਲੀਵਰ ਸੁੱਜ ਗਿਆ ਤਾਂ ਹੋ ਗਿਆ ਪਰੌਂਠੇ ਵਰਗੇ ਬਣ ਜਾਂਦਾ ਸਹੀ ਹੈ ਠੀਕ ਹੈ ਇਹ ਆਪਾਂ ਇੱਕ ਤਰ੍ਹਾਂ ਚ ਆਟੇ ਚ ਆਲੂ ਗੋਨ ਲਿਆ ਹੂੰ ਉਹ ਤੋਂ ਐਨਾ ਉਤੋਂ ਤੜ ਲਿਆ ਹੂੰ ਨਾਲ ਉਤੋਂ ਦਹੀਂ ਤੇ ਨਾਲ ਛੰਗੜ ਮੰਗੜ ਹੋਰ ਖਾ ਲਿਆ ਤੇ ਨਾਲ ਪੀਲੇ ਨੇ ਬੱਤਾ ਸਹੀ ਗਾ ਤੇ ਉਹ ਢਿੱਡ ਦਾ ਨੂੰ ਪਤਾ ਨਹੀਂ ਲੱਗਦਾ ਮੇਰੇ ਨਾਲ ਬਣ ਕੀ ਗਿਆ ਅੱਜ ਤੇ ਉਦੋਂ ਬਾਅਦ ਕਹਿੰਗੇ ਹੁਣ ਚਾਹ ਬਣਾ ਲਓ ਹਾਂ ਫਿਰ ਕਿ ਤਤਪੜਤ ਜਿਹੜੇ ਘਰ ਆਉਂਦੇ ਕਹਿੰਦੇ ਖਾਲੀ ਪੇਟ ਵਾਲਾ ਤੇ ਫੁੱਲ ਲੈਣਾ ਸੀ ਪਹਿਲਾਂ ਦਹੀਂ ਨਾਲ ਪਰੌਂਠਾ ਨਾਲ ਪੀਲੇ ਆ ਬੱਤਾ ਫਿਰ ਕਹਿੰਦੇ ਹੁਣ ਚਾਹ ਬਣਾ ਲਓ ਹਾਂ ਪਰੌਂਠੇ ਪਰੌਂਠੇ ਘੱਟ ਖਾਇਆ ਕਰੋ ਕਦੇ-ਕਦੇ ਚਲੋ ਜੇ ਬਹੁਤ ਚਿਤ ਕਰਦਾ ਮਹੀਨੇ ਬਾਅਦ 2 ਮਹੀਨੇ ਬਾਅਦ ਖਾ ਲਿਆ ਪਟਾਣਾ ਸਾਹਿਬ ਮੈਂ ਉਹਨਾਂ ਲੋਕਾਂ ਦੇ ਬੜਾ ਹੈਰਾਨ ਹੁੰਨੀ ਆ ਵੈਸੇ ਮੈਂ ਪਰ ਮੈਂ ਉਹਨਾਂ ਲੋਕਾਂ ਤੇ ਬਹੁਤ ਹੈਰਾਨ ਹਾਂ ਜਿਹੜੇ ਰਾਤ ਦੇ ਵੇਲੇ ਪਰੌਂਠੇ ਖਾਂਦੇ ਨੇ ਫਿਰ ਰਾਤ ਨੂੰ ਵੀ ਤਲ-ਤਲ ਖਾਈ ਜਾਂਦੇ ਨੇ ਤੇ ਰਾਤ ਨੂੰ ਖਾ ਕੇ ਪਰੌਂਠਾ ਤੇ ਤੜਕੇ ਜੇਕਰ ਮਾੜੀ-ਮੋਟੀ ਸੈਰ ਕਰਨੀ ਪਵੇ ਰਾਤ ਨੂੰ ਬਤਾ ਕੇ ਦੱਸਣਗੇ ਰਾਤ ਬਾਰੇ ਰਾਤ 2 ਪਰਾਂਠੀ ਖਾਦੀ ਮੈਂ ਨੇ ਪਰਾਂਠੀ ਹਾਂ ਤੇ ਪਰਾਂਠੀ ਵੀ ਐਡੀ ਹੁੰਦੀ ਥੋੜੀ ਤਾਂ ਮੈਂ ਕਹਿਣਗੇ ਸਾੜ ਹੀ ਪਈ ਗਿਆ ਸਾਰੀ ਰਾਤ ਉਹ ਆ ਵੀ ਹਾਜ਼ਰ ਹੈ ਜੱਜ ਦਾ ਵਿਚਾਰ ਹਰਮੰਦੀ ਮੇਰੀਣਾ ਇੱਕ ਤੁਹਾਨੂੰ ਦਲੀ ਰਾਏ ਆ ਕੀ ਜੀ ਜਦੋਂ ਤੁਸੀਂ ਸੇਵਾ ਮੁਕਤ ਹੋਗੇ 58 ਸਾਲ ਦੇ ਹੋ ਗਏ ਹਾਂਜੀ ਤੁਸੀਂ ਚੱਜਦੇ ਵਿਚਾਰ ਵਾਲਾ ਸਾਈਕਲ ਛੱਤ ਤੇ ਲਾ ਲਿਓ ਨਹੀਂ ਲਾ ਲਾਂਗੇ ਟਾਣਾ ਸਾਹਿਬ ਐਡੀ ਕਿਹੜੀ ਗੱਲ ਹੈ ਪਹਿਲੀ ਗੱਲ ਤਾਂ ਦੋਵੇਂ ਕੁਰਸੀਆਂ ਆਪਦੀ ਛੱਤ ਤੇ ਰੱਖ ਲਿਓ ਠੀਕ ਹੈ ਠੀਕ ਹੈ ਨਾ ਆ ਸਾਈਕਲ ਵੀ ਲੈ ਜਾਓ ਮਾਈਕ ਵੀ ਲੈ ਜਾਵਾਂ ਆ ਲਾਲਟੜਾ ਵੀ ਲੈ ਜਾਓ ਨਹੀਂ ਕੈਮਰਾ ਵੀ ਲੈ ਜਾਓ ਸਭ ਕੁਝ ਲੈ ਜਾ ਹਾਂ ਆ ਪੱਖੀਆਂ ਵੀ ਲੈ ਜਾ ਪੱਖੀਆਂ ਵੀ ਲੈ ਜਾ ਲਾਈਟਾਂ ਵੀ ਲੈ ਜਾ ਮੈਂ ਨਾ ਵੀ ਤੁਸੀਂ ਜਦੋਂ ਸੇਵਾ ਮੁਕਤ ਹੋ ਗਏ ਫਿਰ ਤੁਸੀਂ ਦਿਖਾਓ ਵੀ ਮੈਂ ਆ ਕਰਦੀ ਰਹੀ ਹਾਂ ਤੁਹਾਡਾ ਸ਼ੌਕ ਹੋਊਗਾ ਨਾ ਜਦੋਂ ਹਾਂ ਛੱਤ ਦੇ ਉੱਤੇ ਆ ਪੂਰਾ ਟੀਸੀ ਤੇ ਰੱਖ ਲਿਓ ਇਹ ਜ਼ਰਾ ਕੁਝ ਨਹੀਂ ਨਹੀਂ ਪਰ ਛੱਤ ਤੇ ਰੱਖ ਕੇ ਤਾਂ ਖਰਾਬ ਹੋ ਜਾ ਨਹੀਂ ਹੱਦ ਹੋ ਗਈ ਹਾਂ ਸਾਮ ਸੰਭਾਲ ਵੀ ਕਰਨੀ ਆ ਅੱਛਾ ਅੱਛਾ ਹੁਣ ਇਹ ਥੋੜੀ ਵੀ ਭਾਈ ਜੀ ਆਪਾਂ ਚੀਜ਼ ਬਣਾ ਲਈ ਆ ਤੇ ਪੰਛੀਆਂ ਨੂੰ ਬਿਠ ਕਰਨ ਤੋਂ ਰੋਕਣਾ ਓਹੋ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਛੱਤ ਤੇ ਧੁੱਪ ਵੀ ਹੋਊ ਮੀਂਹ ਕਣੀ ਵੀ ਆਊ ਉਹਦੇ ਨਾਲ ਖਰਾਬ ਹੋ ਸਕਦਾ ਸ਼ੌਕ ਪੈਦਾ ਕਰਨ ਦੀ ਗੱਲ ਆ ਟੈਨਾ ਸਾਹਿਬ ਇੱਕ ਵਾਰ ਨਾ ਮੈਂ ਉਹ ਜਦੋਂ ਡੰਕੀ ਫਿਲਮ ਆਈ ਸੀ ਉਦੋਂ ਇੱਕ ਘਰ ਦੇ ਬਾਰੇ ਵਿੱਚ ਪੜਿਆ ਆਪਣੇ ਇੱਥੇ ਨੂਰਮੰਦ ਲੱਗ ਗਈ ਉਹ ਘਰ ਆ ਕਹਿੰਦੇ ਕਿ ਉਹ ਜਹਾਜ਼ ਪੂਰਾ ਖੜਾ ਉਹ ਜਹਾਜ਼ ਦੇ ਵਿੱਚ ਦੋ ਦੋ ਕਿ ਇੱਕ ਕਮਰਾ ਵੀ ਐ ਤੇ ਨਾਲ ਵਾਸ਼ਰੂਮ ਵੀ ਬਣਿਆ ਹੋਇਆ ਮਤਲਬ ਉਹ ਜਹਾਜ਼ ਪੂਰਾ ਅੰਦਰੋਂ ਰਹਿਣ ਵਾਲਾ ਆ ਬਿਲਕੁਲ ਤੇ ਆ ਨਵੀਂ ਖਬਰ ਆਈ ਆ ਜੀ ਇੱਥੇ ਜਲੰਧਰ ਜ਼ਿਲ੍ਹੇ ਦੇ ਵਿੱਚ ਪਿੰਡ ਕੰਗ ਹਮ ਸਰਦਾਰ ਰੇਸ਼ਮ ਸਿੰਘ ਨੇ 39 ਸਾਲ ਪੀਆਰਟੀਸੀ ਦੇ ਵਿੱਚ ਨੌਕਰੀ ਕੀਤੀ ਆ ਠੀਕ ਆ ਉਹਨਾਂ ਨੇ ਸੇਵਾਮੁਕਤ ਹੋਣ ਤੋਂ ਬਾਅਦ ਆਪਦੀ ਛੱਤ ਦੇ ਉੱਤੇ ਪੀਆਰਟੀਸੀ ਦੀ ਬੱਸ ਬਣਵਾਈ ਆ ਵਾਹ ਐ ਪੂਰਾ ਘੋੜਾ ਉਵੇਂ ਹੀ ਆ ਜਿਹੜਾ ਬੱਸ ਦੇ ਉੱਤੇ ਭਜਦਾ ਹੁੰਦਾ ਅੱਛਾ ਜੀ ਮਗਰਲੇ ਪਾਸੇ ਲਿਖਿਆ ਸ਼ਾਨੇ ਪੈਪਸੂ ਕਿਆ ਬਾਤ ਐ ਤੇ ਇਹ ਪਾਣੀ ਵਾਲੀ ਟੈਂਕੀ ਨਹੀਂ ਆ ਹਾਂ ਆਮ ਤੌਰ ਤੇ ਉੱਤੇ ਜਿਹੜੇ ਜਹਾਜ਼ ਬਣਦੇ ਆ ਕੋਈ ਹੋਰ ਚੀਜ਼ ਬਣਦੀ ਫੁੱਟਬਾਲ ਬਣਦਾ ਉਹ ਪਾਣੀ ਵਾਲੀ ਟੈਂਕੀ ਹੁੰਦੀ ਆ ਹਾਂਜੀ ਇਹ ਬਾਸੀ ਆ ਬਣਾਈ ਗਈ ਅੱਛਾ ਜੀ ਇਹਦੇ ਵਿੱਚ ਤੁਸੀਂ ਬੈਠ ਕੇ ਵੀ ਸਾਰਾ ਕੁਝ ਦਿਖਾਇਆ ਉਹਨਾਂ ਨੇ ਕੀ ਬਾਤ ਉਹ ਕਹਿੰਦੇ ਮੈਂ ਸਾਰੀ ਉਮਰ ਨੌਕਰੀ ਕੀਤੀ ਤੇ ਮੇਰਾ ਚਿਤ ਕਰਨਾ ਸੀ ਕਿ ਜਦੋਂ ਮੈਂ ਪੈਸੇਵਾ ਮੁਕਤ ਹੋ ਗਿਆ ਤਾਂ ਮੈਂ ਛੱਤ ਦੇ ਉੱਤੇ ਬਸ ਬਣਾਉਣੀ ਆ ਜਿਹਦੇ ਕਰਕੇ ਸਾਡਾ ਟੱਬਰ ਪਲਦਾ ਰਿਹਾ ਵਾਹ ਜਿਹਦੇ ਕਰਕੇ ਸਾਡਾ ਰੋਜ਼ਗਾਰ ਚੱਲਿਆ ਤੇਰਾ ਸਾਹਿਬ ਤੁਸੀਂ ਮਾਈਕ ਬਣਾਇਓ ਅੱਛਾ ਆਪਣੇ ਘਰ ਦੇ ਛੱਤ ਦੇ ਉੱਪਰ ਨਾ ਜੋ ਸੇਵਾ ਮੁਕਤੀ ਤੁਸੀਂ ਤਾਂ ਐਵੇਂ ਹੋਣਾ ਨਹੀਂ ਕਦੇ ਵੀ ਕਿਉਂਕਿ ਇਹ ਮੈਂ ਮਰ ਜਣਾ ਨਹੀਂ ਨਹੀਂ ਮੇਰੇ ਕਹਿਣ ਦਾ ਮਤਲਬ ਹੈ ਜਟਨਾ ਸਾਹਿਬ ਆਪਣੀ ਨੌਕਰੀ ਇਹੋ ਜਿਹੀ ਹੈ ਵੀ ਜਿਵੇਂ ਜਿਵੇਂ ਤਜਰਬਾ ਵੱਧਦਾ ਹੈ ᱛਿਵੇਂ ᱛਿਵੇਂ ਬੰਦਾ ਹੋਰ ਕੰਮ ਕਰਦਾ ਹੈ ਤੇ ਫਿਰ ᱛਿਵੇਂ ਆਪਣੀ ਕਦੀ ਸੇਵਾ ਮੁਕਤੀ ਹੋ ਸਕਦੀ ਹੈ ਤੁਸੀਂ ਦੱਸੋ ਪੱਤਰਕਾਰ ਦੀ ਨਹੀਂ ਹੁੰਦੀ ਪੱਤਰਕਾਰ ਦੀ ਕਦੇ ਸੇਵਾ ਮੁਕਤੀ ਨਹੀਂ ਹੁੰਦੀ ਪਰ ਹੁਣੇ ਹੀ ਮਤਲਬ ਮੈਂ ਤਾਂ ਇਹ ਕਹਿੰਦੀ ਹੁਣੇ ਹੀ ਜਦੋਂ ਕਿਤੇ ਮੌਕਾ ਮਿਲੇ ਇੱਕ ਮਾਈਕ ਵੱਡਾ ਸਾਰਾ ਘਰ ਦੀ ਛੱਤ ਤੇ ਬਣਾ ਲਓ ਅੱਛਾ ਹੈਨਾ ਠੀਕ ਆ ਸੋਹਣਾ ਲੱਗੂਗਾ ਹਾਂ ਮੈਨੂੰ ਤਾਂ ਸਲਾਹ ਬੜੀ ਉੱਡ ਕੇ ਦਿੱਤੀ ਸੀ ਆਪਣੀ ਵਾਰੀ ਮੂੰਹ ਤੇ ਲਜਾ ਘੱਲਣ ਕਿਵੇਂ ਕਰਨਾ ਨਹੀਂ ਮੈਂ ਵੀ ਵੈਸੇ ਹੀ ਗੱਲ ਕਰਨੀ ਕੀ ਹੋਇਆ ਬਹੁਤ ਵਧੀਆ ਹੋਇਆ ਮਾਈਕ ਬਣਾ ਲੇ ਛੱਤ ਤੇ ਇੱਕ ਸਪੀਕਰ ਇੱਕ ਮਾਈਕ ਠੀਕ ਆ ਸੋਹਣਾ ਲੱਗੂਗਾ ਨਾਲ ਇੱਕ ਕੈਮਰਾ ਠੀਕ ਆ ਬਿਲਕੁਲ ਠੀਕ ਆ ਜੀ ਬਿਲਕੁਲ ਤੇ ਮੂਰੇ ਦਰਸ਼ਕ ਨਾ ਬਣਾ ਲਾ ਥੋੜੇ ਜਿਹਾ ਕੁਰਸੀ ਤੇ ਬੈਠੇ ਹੋਣ ਮੈਂ ਵੀ ਕਿਹਾ ਬੋਲੇ ਨਹੀਂ ਕਿੰਨਾ ਚਿਰ ਹੋ ਗਿਆ ਬੋਲੇ ਨਹੀਂ ਕੁਰਸੀ ਤੇ ਬੈਠੇ ਹੋਣ ਪਰਿਵਾਰਕ ਮੈਂਬਰ ਜੀ ਉਹ ਤੇਰੇ 25 ਤੀ ਉਹ ਬਣਾ ਲਾ ਹਾਂ ਵਿੱਚ ਇੱਕ ਕੈਮਰਾਮੈਨ ਸਾਥੇ ਵੀ ਬਣਾ ਲਿਓ ਐਡੀਟਰ ਸਾਥੇ ਵੀ ਬਣਾ ਲਿਓ ਕੰਪਿਊਟਰ ਵੀ ਰੱਖ ਲਿਓ ਫੇਰ ਐ ਕੀ ਗਿਆ ਹਾਂ ਫਿਰ ਇੱਥੇ ਰਹਿੰਦੇ ਕਿਉਂ ਉਹਨੂੰ ਉੱਥੇ ਹੀ ਬੈਠ ਕੇ ਛੱਤ ਤੇ ਪ੍ਰੋਗਰਾਮ ਕਰ ਲਿਆ ਸਹੀ ਗੱਲ ਚੱਲੂ ਬਹੁਤ ਹੂੰ ਟਰਾਈ ਕਰਿਓ ਠੀਕ ਆ ਉਹ ਵੀ ਹਾਜ਼ਰ ਹੈ ਜੱਜ ਦਾ ਵੀ ਚਾਹ ਤਣਾ ਸਾਜੇ ਨਿੱਕੇ ਹੁੰਦੇ ਸੀ ਤੁਸੀਂ ਤੇ ਜਦੋਂ ਇਮਤਿਹਾਨ ਹੁੰਦੇ ਸੀ ਫਿਰ ਕਿਵੇਂ ਪੜ੍ਹਦੇ ਹੁੰਦੇ ਸੀ ਮੈਂ ਬੋਲ ਬੋਲ ਕੇ ਵੀ ਪੜ੍ਹ ਲੈਂਦਾ ਸੀ ਹੂੰ ਤੇ ਕਦੇ ਕਦੇ ਭਾਈ ਨੀਂਦ ਆਉਂਦੀ ਹੁੰਦੀ ਸੀ ਹਮ ਮੰਮੀ ਕਹਿੰਦੇ ਸੀ ਭਾਈ ਉੱਠ ਕੇ ਬੈਠ ਪੜ ਹਮ ਮੈਂ ਚਰਖਾ ਕਤਰੀ ਆ ਤੇ ਧਿਆਨ ਨੀਂਦ ਵਾਲਾ ਹੁੰਦਾ ਸੀ ਐਵੇਂ ਉਸ ਤਰ੍ਹਾਂ ਦੇ ਹੱਸ ਰਿਹਾ ਉਹ ਨਾ ਛੋੜਾ ਬੜੀ ਨੀਂਦ ਆਉਂਦੀ ਆ ਉਹਦੇ ਜਦੋਂ ਕੋਈ ਫੜਨ ਨੂੰ ਕਹਿੰਦਾ ਸੀ ਉਹ ਵੀ ਦਰ ਵਖਰਾਈ ਸੀ ਹਨਾ ਪਰ ਨਾ ਗੱਲ ਇਹ ਹੈ ਟਾਣਾ ਸਾਹਿਬ ਕੇ ਆਪਾਂ ਨੂੰ ਅਕਸਰ ਹੀ ਕਿਹਾ ਜਾਂਦਾ ਹੁੰਦਾ ਸੀ ਮੈਨੂੰ ਯਾਦ ਆ ਵੀ ਮੇਰੇ ਵੀ ਜਿਹੜੇ ਅਧਿਆਪਕ ਸਹਿਬਾਨ ਆ ਉਹਨਾਂ ਨੇ ਕਹਿਣਾ ਮਾਤਾ ਜੀ ਨੇ ਕਹਿਣਾ ਹਨਾ ਕਿ ਉੱਚੀ-ਉੱਚੀ ਬੋਲ ਕੇ ਪੜ ਤੁਹਾਨੂੰ ਪਤਾ ਉਹਦੇ ਪਿੱਛੇ ਕੀ ਕਾਰਨ ਸੀ ਕੀ ਕਾਰਨ ਸੀ ਆ ਸਾਡੀਆਂ ਮਾਵਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਤੇ ਕੈਲੀਫੋਰਨੀਆ ਯੂਨੀਵਰਸਿਟੀ ਨੂੰ ਹੁਣ ਪਤਾ ਲੱਗਿਆ ਕਹਿੰਦੇ ਜੇ ਤੁਸੀਂ ਉੱਚੀ-ਉੱਚੀ ਬੋਲ ਕੇ ਪੜਦੇ ਹੋ ਉਹ ਚੀਜ਼ ਤੁਹਾਡੇ ਜ਼ਿਹਨ 'ਚ ਜ਼ਿਆਦਾ ਲੰਮਾ ਸਮਾਂ ਤੱਕ ਟਿਕੀ ਰਹਿੰਦੀ ਹੈ ਵਾਹ ਵਾਹ ਕਹਿੰਦੇ ਤੁਸੀਂ ਕਦੇ ਵੀ ਵੇਖਿਓ ਜਿਹੜੀ ਗੱਲ ਕੋਈ ਉੱਚੇ ਸ਼ਬਦਾਂ ਦੇ ਵਿੱਚ ਕਿਸੇ ਨੇ ਕਹੀ ਹੁੰਦੀ ਹੈ ਉੱਚੀ ਬੋਲ ਕੇ ਕੋਈ ਗੱਲ ਕਹੀ ਹੁੰਦੀ ਬੰਦਾ ਭੁੱਲਦਾ ਨਹੀਂ ਵੀ ਇਹਨੇ ਮੈਨੂੰ ਇੱਕ ਵਾਰ ਆ ਗੱਲ ਕਹੀ ਸੀ ਨਾ ਹੋਰ ਚਾਹੇ ਸਾਰੀਆਂ ਭੁੱਲ ਜੇ ਤੇ ਕਹਿੰਦੇ ਇਦਾਂ ਹੀ ਜੇ ਤੁਸੀਂ ਉੱਚੀ ਉੱਚੀ ਬੋਲ ਕੇ ਪੜਦੇ ਹੋ ਤਾਂ ਉਹ ਚੀਜ਼ ਤੁਹਾਨੂੰ ਜਲਦੀ ਯਾਦ ਹੁੰਦੀ ਆ ਹੂੰ ਉੱਚੀ ਉੱਚੀ ਬੋਲ ਕੇ ਪੜਨਾ ਚਾਹੀਦਾ ਬਿਲਕੁਲ ਠੀਕ ਆ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਉੱਚੀ ਉੱਚੀ ਬੋਲ ਕੇ ਪੜਿਆ ਕਰੋ ਹਾਂ ਸਾਰੇ ਹੀ ਉੱਚੀ ਉੱਚੀ ਬੋਲ ਕੇ ਪੜਿਆ ਕਰੋ ਤੁਸੀਂ ਗੱਲ ਫਿਰ ਭੁੱਲਦੇ ਨਹੀਂ ਹਾਂਜੀ ਕਈ ਲੋਕ ਚੱਲਦੇ ਚੱਲਦੇ ਪ੍ਰੋਗਰਾਮ ਦੇ ਵਿੱਚ ਖਬਰ ਭੁੱਲ ਜਾਂ ਹਾਂ ਇਹ ਸਭ ਦੇ ਲਈ ਸਾਰੀਆਂ ਗੱਲਾਂ ਜ਼ਰੂਰੀ ਆ ਠੀਕ ਆ ਹੁਣ ਅਗਲੀ ਗੱਲ ਇਹ ਨਾ ਗੱਲ ਸਮਝਣ ਤੇ ਵੀ ਹੁੰਦਾ ਹੁਣ ਗੱਲ ਜੇ ਕਈ ਵਾਰੀ ਬੰਦਾ ਸੰਘ ਪਾੜਦਾ ਹੂੰ ਕੋਈ ਬੜੀ ਤਕੜੀ ਗੱਲ ਕਰੇ ਆਪਦੇ ਵੱਲੋਂ ਐ ਤਾਂ ਵੀ ਬਾਹਰ ਆਉਣ ਨੂੰ ਫਿਰ ਬੰਦੇ ਦਾ ਹੂੰ 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 ਹਾਂ ਕਾਂ ਕਹੇ ਮੇਰੇ ਤੇ ਕੀ ਕਰਤਾ ਹੂੰ ਮੈਂ ਤੇ ਮੂੰਹ ਚ ਹੀ ਕਿਉਂ ਆ ਮੈਂ ਮੂੰਹ ਚ ਹੀ ਕਿਉਂ ਆ ਮੈਂ ਤੇ ਹੋਰ ਦੇ ਮੂੰਹ ਚ ਕਿਉਂ ਨਾ ਵੜ ਜਾ ਹਾਂ ਮੈਂ ਉਹਦੇ ਮੂੰਹ ਚ ਦੋ ਕਾਂ ਰੱਖਾਂਗੇ ਅਸੀਂ ਹਾਂ ਠੀਕ ਆ ਪਰ ਉਹਦੀ ਗੱਲ ਅਸਰਦਾਰ ਵੀ ਹੋਣੀ ਚਾਹੀਦੀ ਆ ਹਰ ਕਈ ਵਾਰੀ ਦੇਖੋ ਅੱਜ ਦਵਿੰਦਰ ਕੋਹੇ ਨੂਰ ਦੇ ਗਾਣੇ ਚੇਤੇ ਆ ਉਹ ਤਾਂ ਬੜਾ ਮਠਾ ਮਠਾ ਗੁੰਦਾ ਸੀ ਉਹ ਮਤਲਬ ਨਹੀਂ ਹੈ ਮੇਰੇ ਕਹਿਣ ਦਾ ਸੁਣੇ ਤਾਂ ਉੱਚੀ ਆਵਾਜ਼ ਚ ਨੇ ਨਾ ਉਹ ਚਾਹੇ ਉਹ ਮਠਾ ਮਠਾ ਗਾਉਂਦਾ ਸੀ ਲੋ ਡੈਕ ਦੀ ਆਵਾਜ਼ ਵੀ ਫੁੱਲ ਚੱਕ ਕੇ ਸੁਣਦੇ ਹੁੰਦੇ ਸੀ ਤੁਸੀਂ ਹਾਂ ਕਦੇ 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 ਤਾਂ ਉਹੀ ਗਾਣੇ ਚੇਤੇ ਨੇ ਗੱਲ ਇਹ ਹੈ ਟਾਣਾ ਸਾਹਿਬ ਜਿੱਦਾਂ ਆਪਾਂ ਅਕਸਰ ਬੋਲਣ ਤੇ ਬਕਵਾਸ ਕਰਨ ਦੇ ਵਿੱਚ ਜਿਹੜਾ ਅੰਤਰ ਆ ਉਹਨੂੰ ਆਪਾਂ ਭੁਲਾ ਬੈਠਦੇ ਆਂ ਅਸੀਂ ਕਹਿੰਦੇ ਸਾਨੂੰ ਬੋਲਣ ਦੀ ਆਜ਼ਾਦੀ ਆ ਪਰ ਬੋਲਣਾ ਤੇ ਅਸੱਭਿਅਕ ਹੋ ਕੇ ਬੋਲਣਾ ਇਹਨਾਂ ਦੋਵਾਂ 'ਚ ਅੰਤਰ ਹੈ ਨਾ ਆਪਾਂ ਇਸ ਅੰਤਰ ਨੂੰ ਪਛਾਣ ਨਹੀਂ ਪਾਉਂਦੇ ਇਹਨੂੰ ਪਛਾਣਨਾ ਚਾਹੀਦਾ ਓਵੇਂ ਉੱਚੀ ਬੋਲਣਾ ਤੇ ਡਿੰਗਣਾ ਹਾਂ ਇਹਦੇ 'ਚ ਵੀ ਫਰਕ ਹੈ ਇੱਕ ਵਾਰੀ ਫੇਰ ਕਹਾਂ ਵੰਡਰਫੁਲ ਥੈਂਕ ਯੂ ਉੱਚੀ ਬੋਲਣ ਦਾ ਭਾਵ ਇਹ ਨਹੀਂ ਆ ਵੀ ਦੂਜੇ ਦੇ ਕੰਨ ਨਹੀਂ ਖਾਜੋ ਐਵੇਂ ਡਿੰਗੀ ਜਾਓ ਆਪਣਾ ਕੰਮ ਧੋੜ ਲਓ ਇਹਦਾ ਮਤਲਬ ਇਹ ਨਹੀਂ ਉੱਚੀ-ਉੱਚੀ ਬੋਲਣਾ ਮਤਲਬ ਇਹ ਆ ਕਿ ਜਿਵੇਂ ਅਕਸਰ ਕਕਸ਼ਾ ਦੇ ਵਿੱਚ ਵੀ ਕਲਾਸ ਦੇ ਵਿੱਚ ਵੀ ਆਪਣੀ ਪਾਠਸ਼ਾਲਾ ਦੇ ਵਿੱਚ ਵੀ ਅਕਸਰ ਅਧਿਆਪਕ ਸਾਹਿਬਾਨ ਕਹਿੰਦੇ ਸੀ ਓਏ ਉੱਚੀ-ਉੱਚੀ ਮਗਰ-ਮਗਰ ਬੋਲੋ 1 2 2 2 2 2 4 ਉਹਦੇ ਪਿੱਛੇ ਵੀ ਕਾਰਨ ਇਹੀ ਸੀ ਵੀ ਜਦੋਂ ਬੱਚਾ ਉੱਚ ਉੱਚ ਸੁਣਦਾ ਉਸ ਗੱਲ ਨੂੰ ਤੇ ਉਹ ਜਲਦੀ ਉਹਨੂੰ ਸਿੱਖ ਲੈਂਦਾ ਜਲਦੀ ਉਹਦੇ ਦਿਮਾਗ ਚ ਗੱਲ ਬੈਠ ਜਾਂਦੀ ਹੈ। ਇੱਕ ਤਾਂ ਜੇ ਨਾ ਵਿਚਾਰ ਹੋਰ ਪੇਸ਼ ਕਰਾਂ ਸੁਣਾ ਦਿਓ। ਇਹ ਮੈਂ ਹੁਣੇ-ਹੁਣੇ ਘੜਿਆ। ਅੱਛਾ ਜੀ। ਗੌਰ ਨਾਲ ਸੁਣਿਆ। ਆਮਦ ਹੋਈ ਹੈ ਕਿ? ਬਈ ਆਪਾਂ ਬਹੁਤੀ ਵਾਰ ਉਹ ਸ਼ਬਦ ਬੋਲਦੇ ਆਂ ਜਿਹੜੇ ਦੂਜੇ ਨੂੰ ਚੰਗੇ ਨਹੀਂ ਲੱਗਦੇ ਜਾਂ ਉਹਨੂੰ ਅੰਦਰੋਂ ਮਾਰ ਜਾਂਦੇ ਆ। ਹੂੰ। ਜਾਂ ਉਹਨੂੰ ਬਲੁੰਦਰ ਜਾਂਦੇ ਆ। ਆਪਾਂ ਤਾਂ ਕਦੇ ਸੰਗ ਮੰਨਣੀ ਨਹੀਂ। ਨਾ ਹੀ ਆਪਾਂ ਨੂੰ ਕਦੇ ਸ਼ਰਮਿੰਦਗੀ ਹੋਣੀ ਆ। ਬਸ ਇਨਾਕ ਤੱਕ ਖਿਆਲ ਰੱਖ ਲੋ ਵੀ ਤੁਹਾਡੇ ਕਾਂ ਨੂੰ ਸ਼ਰਮਿੰਦਗੀ ਨਾ ਹੋਵੇ ਜਿਹੜਾ ਤੁਹਾਡੇ ਇੱਥੇ ਆ ਉਹ ਨਾ ਕਹਵੇ ਵੀ ਮੈਂ ਕਿਹੜੇ ਬੰਦੇ ਦੇ ਗੱਲ ਦੇ ਵਿੱਚ ਫਿੱਟਾਂ ਤੇ ਜਦੋਂ ਵੀ ਅਸੀਂ ਇਹੋ ਜੀ ਕੋਈ ਹਰਕਤ ਕਰਦੇ ਆ ਸਾਨੂੰ ਇਹ ਲੱਗਦਾ ਹੈ ਕਿ ਅਸੀਂ ਅਗਲੇ ਨੂੰ ਚੁੱਪ ਕਰਾਤਾ ਅਗਲਾ ਬੋਲਣ ਜੋਗਾ ਨਹੀਂ ਛੱਡਿਆ ਅਗਲਾ ਇੱਕਦਮ ਹੀ ਮੇਰੇ ਮੋਹਰੇ ਫਿਰ ਆਵਾਜ਼ ਨਹੀਂ ਕੱਢ ਸਕਿਆ ਅਸੀਂ ਇਹ ਸੋਚਦੇ ਆ ਪਰ ਅਸੀਂ ਇਹ ਭੁੱਲ ਜਾਂਦੇ ਆ ਕਿ ਆਲਾ ਦਵਾਲਾ ਸਾਡੇ ਬਾਰੇ ਕੀ ਗੱਲ ਕਰ ਰਿਹਾ ਸੀ ਤੁਹਾਡਾ ਕਾਂ ਜੇ ਤੁਹਾਡੇ ਸੰਗ ਵਿੱਚ ਵੀ ਨਹੀਂ ਟਿਕਦਾ ਤੇ ਫਿਰ ਭਾਈ ਸਮੱਸਿਆ ਤੁਹਾਡੀ ਆ ਜੇ ਕਿਤੇ ਇਸ ਕਾਂ ਦੇ ਅਧਿਕਾਰ ਹੋਣ ਕਾਂ ਵਾਲੇ ਅਧਿਕਾਰ ਇਹ ਤੁਹਾਡੇ ਤੇ 57 ਦਾ ਕਰਾਵੇ ਸਹੀ ਗੱਲ 57 ਲੱਗੀ ਲਿਓ ਫਿਰ ਹਾਂ ਸੋ ਇਸ ਲਈ ਭਾਈ ਕਾਂ ਦੀ ਸ਼ਰਮ ਮੰਨ ਲਓ ਬਸ ਹਾਂ ਥੋੜਾ ਜਿਹਾ ਸੋਚਣਾ ਵਿਚਾਰਨਾ ਚਾਹੀਦਾ ਹੈ ਸੋ ਗੱਲ ਫੇਰ ਹੋਈ ਹੈ ਡਿੰਗਣ ਦੇ ਵਿੱਚ ਤੇ ਬੋਲਣ ਦੇ ਵਿੱਚ ਅੰਤਰ ਹੁੰਦਾ ਹੈ ਬਿਲਕੁਲ ਸਹੀ ਤੇ ਆਪਾਂ ਹੁਣ ਚੱਲੀਏ ਟਾਣਾ ਸਾਹਿਬ ਬਿਲਕੁਲ ਜਾਣ ਦਾ ਵੇਲਾ ਹੋ ਗਿਆ ਜੀ ਆਪਣੀ ਪ੍ਰਤੀਕਿਰਿਆ ਜਰੂਰ ਸਾਡੇ ਤੇ ਪਹੁੰਚਾਓ ਦੋਵੰਨ ਦੋ ਇਜਾਜ਼ਤ ਫਿਰ ਮਿਲਾਂਗੇ ਸਤਿ ਸ੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਤੁਹਾਡੀ ਹਾਜ਼ਰ ਹੈ